ਸਾਸ੍ਰੀਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਮੈਂ ਹਸਨਜੀਵ ਯਸ਼ ਖੰਨਾ ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਪਿਆਰੇ ਦਰਸ਼ਕੋ ਪੰਜਾਬ ਫੋਕਸ ਵਿੱਚ ਅਸੀਂ ਹਮੇਸ਼ਾ ਤੁਹਾਨੂੰ ਜੋੜਦੇ ਹਾਂ ਰਾਸ਼ਟਰੀ ਅੰਤਰਰਾਸ਼ਟਰੀ ਤੇ ਨਾਲ ਦੇ ਸੂਬਿਆਂ ਦੀਆਂ ਜੜੀਆਂ ਵੀ ਘਟਨਾਵਾਂ ਨੇ ਜਾਂ ਜੋ ਕਰੰਟ ਅਫੇਅਰ ਨਾਲ ਜਿਹੜੇ ਇਸ਼ੂ ਨੇ ਉਹਨਾਂ ਨਾਲ ਅਸੀਂ ਤੁਹਾਨੂੰ ਜਾਣਕਾਰੀ ਦੀ ਸਾਂਝ ਪਾਉਂਦੇ ਹਾਂ ਤੇ ਸਜੀਵ ਖੰਨਾ ਜੀ ਅੱਜ ਫਿਰ ਅਸੀਂ ਅੰਤਰਰਾਸ਼ਟਰੀ ਲੈਵਲ ਤੋਂ ਸ਼ੁਰੂ ਕਰਨਾ ਜਾਂ ਅਸੀਂ ਰਾਸ਼ਟਰ ਤੋਂ ਜਾਂ ਫਿਰ ਪੰਜਾਬ ਤੋਂ ਅੱਜ ਕੱਲ ਨਾ ਭਲਕਾਰ ਜੀ ਸਾਰੇ ਲੈਵਲ ਏ ਇਕੱਠੇ ਹੋ ਚੁੱਕੇ ਨੇ ਇੱਕ ਲੈਵਲ ਦੂਜੇ ਤੋਂ ਵੱਖਰਾ ਨਹੀਂ ਕਿਉਂਕਿ ਸੋਸ਼ਲ ਮੀਡੀਆ ਇੰਨਾ ਐਕਟਿਵ ਹੈ ਕਿ ਜਿੱਥੇ ਮਰਜ਼ੀ ਮਤਲਬ ਅਮਰੀਕਾ 'ਚ ਛਿੱਕ ਮਾਰਦਾ ਕੋਈ ਤੇ ਦੂਸਰੇ ਦੇਸ਼ਾਂ ਦੇ 'ਚ ਜ਼ੁਕਾਮ ਹੋਣਾ ਸ਼ੁਰੂ ਹੋ ਜਾਂਦਾ ਇਹ ਹਾਲਾਤ ਨੇ ਤੇ ਬਾਈਡਨ ਜੀ ਤੇ ਟਰੰਪ ਜੀ ਫੇਰ ਆਮੋ ਸਾਹਮਣੇ ਮੁੱਕੇ ਬਾਜ਼ੀ ਵਾਸਤੇ ਰੈਸਲਿੰਗ ਵਾਸਤੇ ਤਿਆਰ ਨੇ ਔਰ ਪੁਤਿਨ ਜੀ ਦਾ ਇੱਕ ਬਿਆਨ ਬੜਾ ਜ਼ਬਰਦਸਤ ਮੈਨੂੰ ਲੱਗਦਾ ਹੈ ਇਹਦੇ ਵਿੱਚ ਕਹਿੰਦੇ ਨੇ ਕਿ ਬਾਈਡਨ ਬੇਸ਼ੱਕ ਉਮਰ ਦਾ ਰਾਜ਼ ਨੇ ਪਰ ਜ਼ਿਆਦਾ ਐਕਸਪੀਰੀਅੰਸ ਨੇ 트럼ਪ ਸਾਹ ਕੋਲੋਂ ਹੋਰ ਜ਼ਿਆਦਾ ਨੀਤੀ ਨੂੰ ਸਮਝਣ ਵਾਲੇ ਨੇ ਔਰ ਬੜੇ ਸੁਲਝੇ ਹੋਏ ਰਾਜਨੀਤੀ ਕਰਨ ਵਾਲੇ ਨੇ ਪਰ ਕੋਈ ਵੀ ਪ੍ਰਧਾਨ ਮੰਤਰੀ ਕੋਈ ਵੀ ਰਾਸ਼ਟਰਪਤੀ ਕਿਸੇ ਵੀ ਦੇਸ਼ ਦਾ ਹੋਵੇ ਸਾਡਾ ਰਸ਼ੀਆ ਹਰੇਕ ਨਾਲ ਕੰਮ ਕਰਨ ਨੂੰ ਤਿਆਰ ਹੈ ਕਿਉਂਕਿ ਅਸੀਂ ਸਭ ਦਾ ਸਵਾਗਤ ਕਰਦੇ ਹਾਂ ਜਿੱਥੋਂ ਦੀ ਜਨਤਾ ਜਿਹਨੂੰ ਚੁਣ ਕੇ ਸਾਹਮਣੇ ਲੈ ਕੇ ਆਉਂਦੀ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਅਸੀਂ ਉਹਨਾਂ ਨਾਲ ਕੰਮ ਕਰਾਂਗੇ ਸੋ ਹੁਣ ਬਾਈਡਨ ਸਾਹਿਬ ਤੇ 트럼ਪ ਸਾਬ ਆਮੋ ਸਾਹਮਣੇ ਇੱਕ ਵਾਰ ਫੇਰ ਤੋਂ ਮੁਕਾਬਲਾ ਹੋਣ ਜਾ ਰਿਹਾ ਇਹ ਗੱਲ ਵੈਸੇ ਸਹੀ ਆ ਜੇ ਅਸੀਂ ਚైనా ਦੀ ਗੱਲ ਕਰੀਏ ਤੇ ਉੱਥੇ ਵੀ ਪ੍ਰੈਜ਼ੀਡੈਂਟ ਉਹੀ ਨੇ ਪੁਰਾਣੇ ਔਰ ਸੀਜਨਪਿੰਗ ਔਰ ਉਸ ਤੋਂ ਬਾਅਦ ਜੇ ਰਸ਼ੀਆ ਤੇ ਕਰਦੇ ਆ ਤਾਂ ਉੱਥੇ ਪੁਤਿਨ ਸਾਹਿਬ ਬੈਠੇ 6ਵੀਂ ਵਾਰ ਤੇ ਜੇ ਹਾਂ ਤੇ ਜੇ ਅਸੀਂ ਹੁਣ ਅਮਰੀਕਾ ਦੀ ਗੱਲ ਕਰਾਂਗੇ ਤੇ ਬਰਾਕ ਵਾਮਾ ਤਾਂ ਦੋ ਵਾਰੀ ਉਹਨਾਂ ਨੇ ਇਲੈਕਸ਼ਨ ਜਿੱਤ ਕੇ ਪ੍ਰੈਜ਼ੀਡੈਂਟ ਆਫ ਯੂ ਐਸਏ ਰਹਿਿਆ ਪਰ ਹੁਣ ਫਿਰ ਉਹੀ ਪੁਰਾਣੇ ਪਹਿਲਵਾਨ ਆਣ ਨੇ ਤਿਰਸੇ ਮੈਦਾਨ ਵਿੱਚ ਔਰ ਨੀਕੀ ਹੈਲੀ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਸੀ ਤੇ ਹਰ ਜਿਹੜੇ ਨਨਾਲ ਉੱਥੇ ਨੇ ਕਮਲਾ ਹਰਜ ਉਹ ਵੀ ਉੱਥੇ ਉਮੀਦਵਾਰ ਸੀਗੇ ਪਹਿਲੋਂ ਪਰ ਹੁਣ ਇਹਨਾਂ ਨੇ ਡਿਸਾਈਡ ਕਰ ਲਿਆ ਕਿ ਉਹ 82 ਤੋਂ 85 ਸਾਲ ਦੇ ਨੇ ਬਾਈਡਨ ਸਾਹਿਬ ਤੇ ਇਹ ਵੀ 77 78 ਸਾਲ ਦੇ 트ੰਪ ਸਾਹਿਬ ਔਰ ਉਮਰਾਂ ਦਾ ਇਹਨਾਂ ਦਾ ਕੋਈ ਬਹੁਤ ਘਾਟਾ ਨਹੀਂ 5-7 ਸਾਲ ਦਾ ਕੋਈ ਫਰਕ ਨਹੀਂ ਪੈਂਦਾ ਪਰ ਉਮਰ ਦੇ ਲਿਆ ਜੇ ਵੇਖੋ ਤੇ ਸਿਹਤ ਤਕ ਤੌਰ ਤੇ ਸਿਹਤ ਜਿਹੜੀ ਅੱਛੀ ਹੈ 트ੰਪ ਪੂਰੇ ਪਹਿਲਵਾਨ ਵਾਂਗ ਲੱਗਦਿਆ ਬਾਡਨ ਸਾਹਿਬ ਜੇ ਫਲਾ ਕੜਵੀ ਹੋ ਗਿਆ ਮੈਂ ਮਰੀਜ਼ ਵੀਕ ਹੋ ਗਿਆ ਜਿਹੜੇ ਮੈਂਮਰੀ ਸੈਲ ਵੀਕ ਹੋ ਗਿਆ ਕਈ ਚੀਜ਼ਾਂ ਜਿਹੜੀਆਂ ਉਹਨਾਂ ਦੀ ਸਿਆਸਤ ਨੂੰ ਇਸ ਵੇਲੇ ਪੂਰੀ ਤਰ੍ਹਾਂ ਉਹ ਕੋਕਦੀਆਂ ਨਹੀਂ ਪਰ ਇਸ ਵੇਲੇ ਜਦੋਂ ਰਿਪਬਲਿਕਨ ਪਾਰਟੀ ਔਰ ਡੈਮੋਕ੍ਰੈਟਿਕ ਪਾਰਟੀ ਨੇ ਡਿਸਾਈਡ ਕਰ ਲਿਆ ਕਿ ਜਿੱਥੇ ਜਿੱਥੇ ਜਿੱਤ ਹੋਈ ਇਹਨਾਂ ਦੀ ਅਗੇ 4 ਸੂਬਿਆਂ ਚ ਇਹਨਾਂ ਜਿੱਤ ਹਾਸਲ ਕਰ ਲਈ ਹੈ ਡੈਮੋਕ੍ਰੈਟਿਕ ਦੇ ਹੈਡ ਜਿਹੜੇ ਨੇ ਬਾਡਨ ਸਾਹਿਬ ਔਰ ਉਹਨਾਂ ਨੇ ਨਾਮਜ਼ਦ ਕਰਤਾ ਡੈਮੋਕ੍ਰੈਟਿਕ ਪਾਰਟੀ ਨੇ ਕਹਤਾ ਕਿ ਹੀ ਵੁੱਡ ਬੀ ਸਾਡੇ ਪ੍ਰੈਜ਼ੀਡੈਂਟ ਨੇ ਯੂ ਐਸ ਏ ਦੇ ਉਧਰੋਂ रिपब्लिकन पार्टी ਨੇ ਵੀ ਕਹਿਤਾ ਕਿ 트럼ਪ ਸਾਹਿਬ ਆਉਣਗੇ ਬਾਕਾਇਦਾ ਤੌਰ ਤੇ ਇਹ ਕਲੀਅਰ ਹੋ ਗਿਆ ਅਮਰੀਕਾ ਦੇ ਵਿੱਚ ਔਰ ਜੇ ਅਸੀਂ ਸੋਚੀਏ ਫਿਰ ਇੰਡੀਆ ਵਾਲੇ ਵੀ ਸਾਨੂੰ ਸੋਚਣਾ ਪੈਂਦਾ ਕਿ ਸੇ ਸਿੱਧੇ ਦੇ ਪਦਾਇਸ਼ ਸਾਡੇ ਵੱਲ ਵੀ ਜੇ ਹੈਗਾਗਾ ਤੇ ਇਸ ਵੇਲੇ ਮੋਦੀ ਸਾਹਿਬ ਦਾ ਇਹ ਪਲੜਾ ਪਾਰਾ ਹੈਗਾ ਔਰ ਇਹਨਾਂ ਨੇ ਆਪਣੀਆਂ ਸਾਰੀਆਂ ਸੀਟਾਂ ਦੀ ਜਿਹੜੀ ਕਲੀਅਰਿਫਿਕੇਸ਼ਨ ਦਿੱਤੀ ਆ ਇਹਨਾਂ ਨੇ ਡਿਕਲੇਅਰ ਕਰਤਾ ਕਿ ਕਿਤੇ ਕਿਤੇ ਸਾਡੇ ਕੈਂਡੀਡੇਟ ਹੋਣਗੇ ਪੂਰੇ ਇੰਡੀਆ ਵਿੱਚ ਯੂਪੀਸੀ ਵੀ ਬਿਹਾਰ ਵਿੱਚ ਵੀ ਔਰ ਇਵਨ ਪੰਜਾਬ ਵਿੱਚ ਵੀ ਇਸ ਵੇਲੇ ਕਲੀਅਰ ਹੁੰਦਾ ਜਾ ਰਿਹਾ ਹੈ ਸਾਰੇ ਇਸ ਪ੍ਰਦੇਸ਼ਾਂ ਦੇ ਵਿੱਚ ਸਾਰੇ ਸੂਬਿਆਂ ਵਿੱਚ ਉਹਨਾਂ ਦੇ ਜਿਹੜੇ ਵਿਧਾਨ ਸਭਾ ਦੇ ਸੂਬੇ ਜਿਹੜੇ 8 8 9 9 ਸੂਬੇ ਮੇੜ ਕੇ ਇੱਕ ਪਾਰਲੀਮੈਂਟ ਦਾ ਹਲਕਾ ਬਣਦਾ ਔਰ ਇਹੀ ਹਾਲਤ ਜਿਹੜੇ ਹੈਗੇ ਆ ਯੂਐਸ ਵਿੱਚ ਅਸੀਂ ਗੱਲ ਕਰ ਰਹੇ ਆ 50 ਸਟੇਟ 50 ਸਟੇਟਾਂ ਦੇ ਵਿੱਚੋਂ ਹੁਣ ਉਹਨਾਂ ਨੂੰ ਹਾਮੀ ਮਿਲ ਗਈ ਆ 트੍ਰੰਪ ਸਾਹਿਬ ਨੂੰ ਤੇ ਜੋ ਬਾਈਡਨ ਸਾਹਿਬ ਬਾਈਡਨ ਸਾਹਿਬ ਨੂੰ ਬਾਈਡਨ ਸਾਹਿਬ ਵੀ ਅਸਲੇ ਨਿਤਰ ਕੇ ਸਾਹਮਣੇ ਆ ਗਿਆ ਔਰ 트੍ਰੰਪ ਸਾਹਿਬ ਵੀ ਸਾਹਮਣੇ ਆ ਗਿਆ ਔਰ ਮੇਰਾ ਖਿਆਲ ਆ ਕਿ ਅਸਲੇ ਕੀ ਦਾ ਪਰੜਾ ਭਾਰੀ ਰਹੂਗਾ ਇਹ ਤਾਂ ਫਿਰ ਉਸੇ ਤਰ੍ਹਾਂ ਹੀ ਗੱਲ ਆਉਂਦੀ ਆ ਡੈਮੋਕ੍ਰੇਸੀ ਜਿਹੜੀ ਗੱਲ ਕਰਦੀ ਆ ਉੱਥੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਆ ਉੱਥੇ ਨਤਾਰਾ 1 ਮਿੰਟ ਵਿੱਚ ਹੋ ਜਾਂਦਾ ਜਿਹੜੀ ਡੈਮੋਕ੍ਰੇਸੀ ਆ ਜਾਂ ਲੋਕਤੰਤਰ ਦੇ ਹਾਮੀ ਨੇ ਜਿਹੜਾ ਜਮਹੂਰੀਅਤ ਅਸੀਂ ਕਹਿੰਦੇ ਆ ਇੱਥੇ ਸਾਡਾ ਵੋਟ ਸਿਸਟਮ ਹੀ ਹੋ ਰਿਹਾ ਜਿਹੜੀ ਵੋਟ ਸਿਸਟਮ ਦੇ ਅਸੀਂ ਕਹਿੰਦੇ ਸੀ ਈਵੀਐਮ ਮਸ਼ੀਨਾਂ ਨਾਲ ਹੈਗਾ ਉੱਥੇ ਡਿਫਰੈਂਟ ਹੈਗਾ ਔਰ ਵੇਖੋ ਉੱਥੇ ਜਿਹੜਾ ਹੈਗਾ ਹਿਰਾਫਰੀ ਹੁੰਦੀ ਆ ਘਟ ਔਰ ਜੇ ਅਸੀਂ ਗੱਲ ਕਰੀਏ ਤੇ ਬਾਕੀ ਜਿਹੜੇ ਡਿਵੈਲਪਿੰਗ ਕੰਟਰੀ ਇੱਥੇ ਹੈ ਰੈਫਰੀ ਦੇ ਜ਼ਿਆਦਾ ਗੁਰਤੀ ਮੜੀ ਇਹਨਾਂ ਨੂੰ ਇਹ ਕਰ ਜਾਂਦੇ ਬੜਾ ਕੁਝ ਜਿਸ ਤਰ੍ਹਾਂ ਚੰਡੀਗੜ੍ਹ 'ਚ ਹੋ ਗਿਆ ਸੀਗਾ ਚੰਡੀਗੜ੍ਹ ਤੁਹਾਨੂੰ ਪਤਾ ਹੀ ਹੈ ਵੱਡੀ ਅਧਾਰਣਾ ਹੈਗੀ ਆ ਜਿੱਥੇ ਮੇਅਰ ਉੱਥੇ ਬਣੇ ਨਵਕਲਦੀਪ ਕੁਮਾਰ ਜੀ ਦੁਬਾਰਾ ਔਰ ਹੁਣ ਉੱਥੇ ਸਾਰਾ ਕੁਝ ਹੋ ਗਿਆ ਪਰ ਉੱਥੇ ਵੀ ਫਿਰ ਟੈਂਟਾ ਪੈ ਗਿਆ ਉਹਨਾਂ ਨੇ ਕਿਹਾ ਵੀ 20000 ਲੀਟਰ ਪਾਣੀ ਅਸੀਂ ਫ੍ਰੀ ਦੇਵਾਂਗੇ ਔਰ ਬਿਜਲੀ ਫ੍ਰੀ ਦੇਵਾਂਗੇ ਔਰ ਜਿਹੜੀ ਪਾਰਕਿੰਗ ਜਿਹੜੀ ਹੈ ਫ੍ਰੀ ਗੱਡੀਆਂ ਨੂੰ ਦੇਵਾਂਗੇ ਉੱਥੇ ਗਵਰਨਰ ਸਾਹਿਬ ਨੇ ਕਹਿਤਾ ਕਿ ਨਹੀਂ ਇਹ ਅੰਤਰ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਇਹ ਹੁੰਦਾ ਅੰਤਰ ਡੈਮੋਕ੍ਰੇਸੀ ਜਿਹੜੀ ਜਿਹਦੇ ਵਿੱਚ ਅਸੀਂ ਬੈਠੇ ਆ ਜਿਹਦੇ ਵਿੱਚ ਸੰਘੀ ਸਰਕਾਰ ਹੁੰਦੀ ਆ ਔਰ ਇਹੀ ਹਾਲ ਹੈਗਾ ਬਾਕੀ ਸੂਬਿਆਂ ਦੇ ਵਿੱਚ ਵੀ ਜਿੱਥੇ ਗਵਰਨਰ ਆ ਕੇ ਲਤੜਾ ਲਿੰਦੇ ਸਾਰਾ ਕੁਝ ਪੰਜਾਬ ਵਿੱਚ ਵੀ ਇਹੀ ਰਿਹਾ ਪੰਜਾਬ ਵਿੱਚ ਭਗਵੰਤ ਮਾਨ ਕੁਝ ਡਿਸੀਜਨ ਲੈਂਦੇ ਸੀ ਗਵਰਨਰ ਸਾਹਿਬ ਕੁਝ ਲਾ ਜਾਂਦੇ ਸੀ ਬੜੀ ਦੇਰ ਇਹ ਕੰਟਰੋਵਰਸਰੀ ਹੈ ਬੜੀ ਦੇਰ ਇਹ ਕਿਚਾਤ ਹੋਈ ਰਹੀ ਹੈ ਔਰ ਹੁਣ ਚੰਡੀਗੜ੍ਹ ਚ ਜਾ ਕੇ ਇਹ ਰੌਲਾ ਪੈ ਗਿਆ ਔਰ ਕੀ ਕਿਸੇ ਨੇ ਡਿਕਲੇਅਰ ਕਰਨਾ ਤੇ ਕੀ ਕਿਸੇ ਨੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਦੂਜੇ ਪਾਸੇ ਇਹ ਗੱਲ ਹੋ ਜਾਂਦੀ ਹੈ ਦਿੱਲੀ ਦੇ ਵਿੱਚ ਜੋ ਕੁਝ ਹੋਇਆ ਕੇਜਰੀਵਾਲ ਸਾਹਿਬ ਨੇ ਜੋ ਕੁਝ ਕਰ ਦਿੱਤਾ ਉਹਦੀ ਤਰੀਕ ਕਰਕੇ ਪੰਜਾਬ 'ਚ ਇਹਨਾਂ ਨੇ ਭਗਵੰਤ ਮਾਨ ਨੇ ਕੀਤਾ ਪਰ ਲੋਕ ਮੰਗਦੇ ਆ ਸਹੂਲਤਾਂ ਪਰ ਇਹ ਵੀ ਜਿਹੜੀਆਂ ਐਜ਼ ਅ ਬੈਗਰ ਦੇ ਤੌਰ ਤੇ ਮੰਗਣੀਆਂ ਵੀ ਮਾੜੀਆਂ ਗਈਆਂ ਵੇਲੜ ਬਣ ਜਾਂਦੇ ਲੋਕ ਚਲੋ ਬਿਜਲੀ ਫ੍ਰੀ ਹੈਗੀ ਆ ਸਿੱਧ ਸਹੂਲਤਾਂ ਫ੍ਰੀ ਹੈਗੀਆਂ ਪਰ ਇਹਨਾਂ ਹੁਣ ਆਟਾ ਦਾਣਾ ਵੀ ਭੇਜ ਰਹੇ ਆ ਔਰ ਭਗਵੰਤ ਮਾਨ ਜੀ ਦੇ ਜਿਹੜਾ ਥੈਲਾ ਵਾ ਭਗਵੰਤ ਮਾਨ ਜੀ ਦੀ ਆਪਣੀ ਫੋਟ ਲੱਗੀ ਆ ਇਸੀ ਤਰ੍ਹਾਂ ਹੀ ਜਿਹੜੀ ਹੈਗੀ ਆ ਇਹ ਵੀ ਗਲਤ ਹੈਗੇ ਕਿ ਜਿਹੜਾ ਵੀ ਰਾਸ਼ਟ੍ਰਾਣਾ ਰਿਆ ਪੈਸਾ ਤਾਰਿਆ ਕੇਂਦਰ ਤੋਂ ਜਿੱਥੇ ਨੀ ਪੱਥਰ ਰਖਦੇ ਹੋ ਤੇ ਕੇਂਦਰ ਦਾ ਸੜਕਾਂ ਕੇਂਦਰ ਬਣਾ ਰਿਆ ਫਿਰ ਨੀ ਪੱਥਰ ਤੇ ਜਿਹੜੀਆਂ ਇੱਥੋਂ ਦੀ ਲੋਕਲ ਮੌਜੂਦਾ ਸਰਕਾਰ ਨੇ ਉਹ ਆ ਜਾਂਦੀਆਂ ਇਹ ਡਿਫਰੈਂਸ਼ੀਏਟ ਕਰਨਾ ਲੋਕਾਂ ਨੂੰ ਅਖਾਵ ਯੋਜਨ ਦਾ ਅਸੀਂ ਹੁਣ ਅਮਰੀਕਾ ਤੋਂ ਚੱਲੇ ਆ ਅਮਰੀਕਾ ਤੋਂ ਲੈ ਕੇ ਹੁਣ ਇੱਥੇ ਆਏ ਆ ਪਰ ਨੀਤੀ ਮਨੁੱਖ ਦੀ ਇੱਕੋ ਜੀ ਹੁੰਦੀ ਆ ਉੱਥੇ ਵੀ ਰੌਲਾ ਨਹੀਂਦਾ ਉੱਥੇ ਵੀ ਟਪੜੀਆਂ ਵੱਜਦੀਆਂ ਉੱਥੇ ਵੀ ਰੌਲਾ ਪੈ ਕੇ ਸਾਰਾ ਕੁਝ ਹੁੰਦਾ ਉਨਾ ਇਸ ਵਾਰੀ ਵੇਖ ਲੋ ਉਹ ਦੋ ਜਿਹੜੇ ਸਿਆਸਦਾਨ ਨੇ ਉਹੀ ਨਹੀਂ ਛੱਡਦੇ ਕੁਰਸੀ 트럼ਪ ਸਾਹਿਬ ਦੇ ਇੰਨੇ ਕੇਸ ਲੱਗੇ ਇੰਨੇ ਦੋਸ਼ ਮੜੇ ਗਏ ਨਾ ਕੁਝ ਹੋਇਆ ਪਰ ਫਿਰ ਵੀ ਉਹ ਸਾਹਮਣੇ ਰਹਿੰਦੇ ਚਿੱਟੇ ਦੇ ਤੌਰ ਤੇ ਬਿਲਕੁਲ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ ਇਹ ਹਾਲਾਤ ਨੇ ਸਾਡੀ ਸਿਆਸਤ ਦੇ ਨਾ ਕੇਵਲ ਯੂ ਐਸ ਏ ਦੀ ਦੇ ਨਾ ਕਿ ਤੇ ਰਸ਼ੀਆ ਦੀ ਦੇ ਨਾ ਚਾਈਨਾ ਦੇ ਇੱਕੋ ਜਿਹਾ ਸਾਰੇ ਪਾਸੇ ਬਲਕੇਰ ਜੀ ਜੀ ਫੇਵਰਟਿਜ਼ਮ ਤਾਂ ਹਰ ਪਾਸੇ ਆ ਪੱਖਪਤੀ ਹਰ ਪਾਸੇ ਹੁੰਦੀ ਹੈ ਕਿਉਂਕਿ ਇਹ ਇਨਸਾਨ ਦੀ ਨੇਚਰ ਹੈ ਆਹ ਔਰ ਬੇਸ਼ੱਕ 트럼ਪ ਸਾਹਿਬ ਦੇ ਉੱਤੇ ਇੰਨੇ ਕੇਸਸ ਚੱਲਦੇ ਪੈਣੇ ਹਨ ਔਰ ਇਹ ਵੀ ਹੋ ਸਕਦਾ ਹੈ ਕਿ ਜਿੱਦਾਂ ਐਕਸਪਰਟਸ ਉੱਥੋਂ ਦੇ ਕਹਿੰਦੇ ਨੇ ਕਿ ਉਹਨਾਂ ਨੂੰ ਜੇਲ੍ਹ ਹੋ ਜਾਵੇ ਤੇ ਕਨਸਟੀਟਿਊਸ਼ਨ ਅਲਾਉ ਕਰਦਾ ਹੈ ਕਿ ਜੇਲ੍ਹ ਵਿੱਚੋਂ ਵੀ ਇਲੈਕਸ਼ਨ ਜਿੱਤ ਸਕਦੇ ਨੇ ਔਰ ਕਈ ਤੰਜ਼ ਕਰਦੇ ਨੇ ਕਿ ਜੇ ਇਲੈਕਸ਼ਨ ਜਿੱਤ ਕੇ ਪ੍ਰੈਜ਼ੀਡੈਂਟ ਬਣ ਜਾਂਦੇ ਨੇ ਤੇ ਜੇਲ੍ਹ ਵਿੱਚੋਂ ਸਰਕਾਰ ਚਲਾਉਣਗੇ ਮਤਲਬ ਇਦਾਂ ਦੀਆਂ ਵੀ ਗੱਲਾਂ ਹੁੰਦੀਆਂ ਨੇ ਪਰ ਹਜੇ ਤੱਕ ਕੁਝ ਨਹੀਂ ਹੋਇਆ ਹਜੇ ਤੱਕ ਤੇ ਮਾਮਲੇ ਸਿਰਫ ਸਾਫ਼ ਹੁੰਦੇ ਪਏ ਨੇ ਹਜੇ ਤੱਕ ਤੇ ਇਹਨੇ ਕਿ ਦੋਵੇਂ ਬੌਕਸਿੰਗ ਰਿੰਗ ਦੇ ਵਿੱਚ ਉਤਰੇ ਨੇ ਮੁਕਾਬਲੇਬਾਜ਼ੀ ਵਾਸਤੇ ਤੇ ਗਲਵਜ਼ ਪਾਉਂਦੇ ਪਏ ਨੇ ਮੁਕਾਬਲੇਬਾਜ਼ੀ ਹਜੇ ਸ਼ੁਰੂ ਹੋਣੀ ਹੈ ਉਹ ਲੋਕ ਕਹਿੰਦੇ ਨੇ ਸਿਆਸਤ ਜਦੋਂ ਬਦਲਦੀ ਹੈ ਨਾ ਉਹ ਹਨੋ ਜਿਹੜੀ ਲਿਕੁਇਡ ਆ ਜਾਂ ਸ਼ਰਾਬ ਆ ਉਹ ਹੀ ਬਦਲਦੀ ਆ ਬੋਤਲ ਉਹੀ ਆ 올ਡ ਵਾਈਨ ਨਿਊ ਬੋਟਲ 올ਡ ਵਾਈਨ ਉਹੀ ਆ 올ਡ ਹਾ ਨੋ ਹੀ ਸੋ 올ਡ ਵਾਈਨ ਨਿਊ ਬੋਟਲ ਨਿਊ ਬੋਟਲ ਪਰ ਜੇ ਨਿਊ ਬੋਟਲ 올ਡ ਵਾਈਨ ਹੈ ਤਾਂ ਫਿਰ ਇਹ ਨਾ ਹੋ ਸਕੇ ਕਿ ਵਾਈਨ ਨਿਊ ਹੋ ਜਾਵੇ ਬੋਟਲ ਭਾਵੇਂ ਪੁਰਾਣੀ ਰਵੇ ਉਹੀ ਮੰਤਰੀ ਮੰਡਲ ਉਹੀ ਵਾਈਟ ਹਾਊਸ ਉਹੀ ਬਾਈਡਨ ਸਾਹਿਬ ਉਹੀ ਸਿਕਿਉਰਿਟੀ ਉਹੀ ਜਹਾਜ਼ ਸਾਰਾ ਕੁਝ ਅੱਜ ਵੈਸੇ ਦੋਵੇਂ ਇਹ ਤਾਂ ਦਿੱਕਤ ਹੈ ਕਿ 올ਡ ਵਾਈਨ ਜ਼ਿਆਦਾ ਵਧੀਆ ਹੈ ਕਿ ਨਿਊ ਵਾਈਨ ਹੋਣੀ ਚਾਹੀਦੀ ਹੈ ਚਲੋ ਇਹ ਤੇ ਡਿਸਕਸ਼ਨਸ ਚਲਦੀਆਂ ਰਹਿਣਗੀਆਂ ਬਾਕੀ ਤੁਸੀਂ ਗੱਲ ਵਿੱਚੋਂ ਵਿੱਚੋਂ ਛੇੜੀ ਹੈ ਆਪਣੇ ਭਾਰਤ ਦੀ ਔਰ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਦੀ ਕਿ ਮੋਦੀ ਸਾਹਿਬ ਕਿਸ ਤਰ੍ਹਾਂ 2024 ਦੀਆਂ ਇਲੈਕਸ਼ਨਸ ਵਾਸਤੇ ਤਿਆਰੀ ਕਰਸਦੇ ਪਏ ਨੇ ਔਰ ਕਿਤੋਂ ਨਾ ਕਿਤੋਂ ਇਹ ਵੀ ਅੰਦਰੋਂ ਗੱਲਾਂ ਮਿਲਦੀਆਂ ਪਈਆਂ ਨੇ ਕਿ ਨਰਿੰਦਰ ਮੋਦੀ ਸਾਹਿਬ ਹਜੇ ਸ਼ੋਰ ਨਹੀਂ ਹੋ ਪਾ ਰਹੇ ਕਿ ਉਹਨਾਂ ਦੀ ਪਾਰਟੀ ਜਿੱਤ ਸਕਦੀ ਹੈ ਕਿ ਨਹੀਂ ਜਿੱਤ ਸਕਦੀ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਕਮਜ਼ੋਰੀਆਂ ਲੱਗਦੀਆਂ ਪਈਆਂ ਨੇ ਇਸ ਕਰਕੇ ਉਹ ਬਹੁਤ ਜ਼ਿਆਦਾ ਇਸ ਦੇ ਉੱਤੇ ਕੰਮ ਕਰਦੇ ਪਏ ਨੇ ਇਹ ਵੀ ਨਾਲ ਗੱਲ ਕਹੀ ਜਾ ਰਹੀ ਹੈ ਕਿਉਂਕਿ ਕੇਕਵੌਕ ਨਹੀਂ ਹੈ ਇਸ ਵਕਤ ਕਿ ਆਸਾਨੀ ਨਾਲ ਜਿੱਤੀ ਜਾ ਸਕਦੀ ਹੈ ਜਿੱਦਾਂ 2014 ਦੀ ਜਿੱਤ ਲਈਆਂ ਜਾਂ 2019 ਦੇ ਵਿੱਚ ਵੀ ਇੱਕ ਮਾਹੌਲ ਬਣਿਆ ਅੱਜ ਉਹ ਮਾਹੌਲ ਨਹੀਂ ਹੈ ਬਹੁਤ ਕੁਝ ਅਜੀਹਾ ਹੋ ਰਿਹਾ ਹੈ ਦੇਖੋ ਸੀ ਇਹ ਨਵਾਂ ਉਸ ਨੂੰ ਲੈ ਕੇ ਹੋ ਰਿਹਾ ਹੈ ਕਿਸਾਨ ਅੰਦੋਲਨ ਹੋ ਰਿਹਾ ਹੈ ਉਦੋਂ ਇਕ ਇਲੈਕਟਰਲ ਬਾਂਡਸ ਦੀ ਗੱਲ ਹੋ ਰਹੀ ਹੈ ایਵੀਐਮ ਦੀ ਗੱਲ ਹੋ ਰਹੀ ਹੈ ਮਨੀਪੁਰ ਦਾ ਕਟਨਾ ਕਰਮ ਹੋ ਰਿਹਾ ਹੈ ਹਜੇ ਤੱਕ ਪਲਵਾਮਾ ਦੀ ਲੋਕ ਗੱਲ ਕਰਦੇ ਪੈਨੇ ਲੋਕ ਤਾਂ ਗੜੇ ਮੁਰਦੇ ਉਖਾੜਦੇ ਪੈਨੇ ਕਿਤੇ ਗੁਜਰਾਤ ਪਹੁੰਚੇ ਹੋਏ ਨੇ ਸੋ ਇਹ तमाम ਗੱਲਾਂ RAM ਮੰਦਿਰ ਉਸ ਦੀ ਗੱਲ ਕਰ ਰਹੇ ਨੇ ਕਿ ਸ਼ੰਕਰਾਚਾਰਿਆ ਨੇ ਕਿਹਾ ਸੀ ਕਿ ਇਹ ਸਹੀ ਨਹੀਂ ਹੋਣ ਜਾ ਰਿਹਾ ਇਹ ਸ਼ਾਸਤਰਾਂ ਦੇ ਮੁਤਾਬਿਕ ਨਹੀਂ ਇਹ तमाम तरह ਦੀਆਂ ਜੋ ਵਿਰੋਧ ਵਿੱਚ ਜਾਂਦੀਆਂ ਪਈਆਂ ਨੇ ਨਾ ਮੋਦੀ ਸਾਹਿਬ ਦੇ ਗੱਲਾਂ ਬੀਜੇਪੀ ਦੀਆਂ ਗੱਲਾਂ ਉਹ ਸਾਰੀਆਂ ਗੱਜ-ਵੱਜ ਕੇ ਹੁੰਦੀਆਂ ਪਈਆਂ ਨੇ ਸੋ ਇਹ ਸਾਰਾ ਮਾਹੌਲ ਬਣਿਆ ਹੋਇਆ ਹੈ ਸਹੀ ਗੱਲ ਪੂਰੇ ਦਾ ਪੂਰਾ ਮਾਹੌਲ ਜਿਹੜਾ ਹੈ ਨਾ ਮਾਹੌਲ ਬਣਿਆ ਹੋਇਆ ਹੈ ਹੁਣ ਇਹਦੇ ਵਿੱਚ ਪਾਛਪਾ ਕੀ ਕਰਨ ਜਾ ਰਹੀ ਹੈ ਇਹ ਸੋਚਣ ਵਾਲੀ ਗੱਲ ਹੈ ਸਹੀ ਗੱਲ ਸੋ ਫਰਸਟ ਆਪਾਂ ਇਹਦੇ ਚ ਲੈਣੇ ਆ ਕਿ ਚੋਣ ਬਾਂਡ ਜੋ ਇਲੈਕਸ਼ਨ ਕਮਿਸ਼ਨ ਨੇ ਕਿਹਾ ਸੀ ਅਨਕਨਸਟੀਟਿਊਸ਼ਨਲ ਨੇ ਔਰ 15 ਮਾਰਚ ਦੀ ਡੇਟ ਦਿੱਤੀ ਹੋਈ ਸੀ ਉਹਨਾਂ ਨੇ ਕਿ 15 ਮਾਰਚ ਨੂੰ ਇਲੈਕਸ਼ਨ ਕਮਿਸ਼ਨ ਆਪਣੀ ਵੈਬਸਾਈਟ ਤੇ ਪਾਏਗਾ ਉਸ ਤੋਂ ਪਹਿਲਾਂ ਸਾਰੇ ਦੀ ਸਾਰੀ ਡਿਟੇਲ ਸਾਰਾ ਡਾਟਾ ਸਟੇਟ ਬੈਂਕ ਆਫ ਇੰਡੀਆ ਦੇਗਾ ਇਲੈਕਸ਼ਨ ਕਮਿਸ਼ਨ ਨੂੰ ਔਰ ਸੁਪਰੀਮ ਕੋਰਟ ਦਾ ਆਰਡਰ ਸੀ ਔਰ 15 ਮਾਰਚ ਨੂੰ ਉਹਨਾਂ ਨੇ ਵੈਬਸਾਈਟ ਤੇ ਪਾ ਕੇ ਇਸ ਨੂੰ ਪਬਲਿਕ ਪਲੇਟਫਾਰਮ ਦੇ ਵਿੱਚ ਲਿਆਉਣਾ ਜਨਤਕ ਕਰ ਦੇਣਾ ਇਹ ਜਿਹੜੇ ਇਲੈਕਟ੍ਰਿਕ ਬਾਉਂਡ ਸੀਗੇ ਇਹ ਵੈਸੇ 2018 ਵਿੱਚ ਜਦੋਂ ਰਣਜੀਤ ਲੀ ਜੀ ਸੀ 2017 17 ਵਿੱਚ ਉਹ ਆਪ ਮੰਤਰੀ ਸੀ ਕਾਨੂੰਨ ਮੰਤਰੀ ਵੀ ਸੀਗੇ ਉਹਨਾਂ ਨੇ ਸਾਰਾ ਕੁਝ ਲੈ ਅੰਦਾ ਗਏ ਔਰ ਉਸ ਤੋਂ ਬਾਅਦ ਇਹ ਆਉਣ ਤੋਂ ਬਾਅਦ ਚੱਲਦਾ ਰਿਹਾ ਸਾਰਾ ਕੁਝ ਚੱਲਣ ਤੋਂ ਬਾਅਦ ਇਹ ਸਾਰੀਆਂ ਸਰਕਾਰਾਂ ਦੇ ਜਿਹੜੇ ਵੀ ਨੁਮਾਇੰਦੇ ਸੀਗੇ ਉਹਨਾਂ ਨੇ ਬੈਂਕਾਂ ਦੇ ਵਿੱਚ ਆਪਣੇ ਬੌਂਡ ਜਿਹੜੇ ਜਮ੍ਹਾਂ ਕਰਾਏ ਸੀਗੇ ਔਰ ਉਹਨਾਂ ਨੂੰ ਖਰੀਦਣ ਵਾਲੇ ਉਹਨਾਂ ਨੂੰ ਲਿਜਾਣ ਵਾਲੇ ਕੰਪਨੀਆਂ ਦੇ ਮਾਲਕ ਉਹਨਾਂ ਨੂੰ ਲਿਜਾਣ ਵਾਲੇ ਸਿਆਸਤਾਨ ਉਹਨਾਂ ਨੂੰ ਲਿਜਾਣ ਵਾਲੇ ਕਈ ਉਹਨਾਂ ਦੇ ਜਿਨ੍ਹਾਂ ਨੂੰ ਕਹਿ ਲਓ ਪਿੱਠੂ ਬੜੇ ਕੋਸ ਸੀਗੇ ਔਰ ਉਹ ਲੈ ਕੇ ਵੇਚਦੇ ਸੀ ਔਰ ਉਹਦੇ ਬੌਂਡ ਦੀ ਬੋਲੀ ਹੁੰਦੀ ਸੀ ਸਾਰਾ ਕੁਝ ਲੈ ਕੇ ਤੇ ਜਿਹੜੀ SBI ਸਟੇਟ ਬੈਂਕ ਆਫ ਇੰਡੀਆ ਇਹਦੇ ਸਾਰੇ ਅਧਿਕਾਰ ਖੇਤਰ ਦੇ ਅੰਦਰ ਸੀਗਾ ਜਦੋਂ ਇਹ ਪਤਾ ਲੱਗਦਾ 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 ਜੁਡੀਸ਼ਰੀ ਚ ਆ ਗਿਆ ਔਰ ਲੋਕਾਂ ਨੇ ਰੈਟ ਪਾਈ ਜੜੀਆਂ ਵੀ ਰੈਟ ਪਾਈਆਂ ਜਾਂਚ ਕਾ ਪਾਈਆਂ ਉਹਦੇ ਜਵਾਬ ਦੇ ਵਿੱਚ ਇਹਨਾਂ ਨੇ ਬੜੇ ਗੁੱਸੇ ਨਾਲ ਬੜੀਆਂ ਫਟਕਾਰ ਨਾਲ ਇਹਨਾਂ ਨੂੰ ਕਿਹਾ ਕਿ ਇਨ ਬਿਟਵੀਨ ਆ ਟਾਈਮ ਬਾਉਂਡ ਹੈ ਇਹਦੇ ਵਿੱਚ ਵਿੱਚ ਸਾਨੂੰ ਸਾਰੇ ਦਾ ਸਾਰਾ ਡਿਟੇਲ ਦੇ ਦਿਓ ਜੇ ਡਿਟੇਲ ਨਹੀਂ ਦੋਗੇ ਤਾਂ ਫਿਰ ਇਹਦੇ ਵਿੱਚ ਅਸੀਂ ਬਹੁਤ ਬੁਰੀ ਤਰ੍ਹਾਂ ਤੁਹਾਡੇ ਪੇਸ਼ ਆਵਾਂਗੇ ਇਹਨਾਂ ਨੇ ਰਾਤ ਦਿਨ ਲਾ ਕੇ ਪਹਿਲਾਂ ਤੇਨਾਂ ਕਹਿੰਦਾ ਸਾਨੂੰ ਹੋਰ ਸਮਾਂ ਦਿਓ ਕਹਿੰਦੇ ਨੋ ਨੋ ਟਾਈਮ ਇਹਦੇ ਵਿੱਚ ਕੋਈ ਟਾਈਮ ਅਨਰਜੀ ਸਾਡੀ ਵੇਸਟ ਹੋ ਰਹੀ ਹੈ ਤੁਸੀਂ ਹੁਣ ਸਾਨੂੰ ਸਾਰੇ ਦੇ ਸਾਰੇ ਡਿਟੇਲ ਦਿਓ ਉਹ ਅੱਜ ਉਹਨਾਂ ਨੇ 15 ਤਰੀਕ ਨੂੰ ਸੌਂਪ ਦਿੱਤੀ ਡਿਟੇਲ ਵਰਚੁਅਲ ਡਿਟੇਲ ਉਹ ਪੀਡੀਐਫ ਦੇ ਰਾਈਂ ਦਿੱਤੀ ਉਹਨਾਂ ਨੇ ਔਰ ਉਸ ਡਿਟੇਲ ਦੇ ਵਿੱਚ ਸਾਰੇ ਦਾ ਸਾਰਾ ਉਹਦੇ ਵਿੱਚ ਜੋ ਕਹਾਇਆ ਹੋਇਆ ਉਹ ਉਹਨਾਂ ਨੇ ਉਹ ਡਿਟੇਲ ਉਹਨਾਂ ਨੂੰ ਸਪੁਰਤ ਕਰ ਦਿੱਤੀ ਹੈ ਹੁਣ ਉਹਦੇ ਵਿੱਚੋਂ ਬੜਾ ਕੁਝ ਨਿਕਲਣਾ ਕਿ ਕਿਹੜੇ ਬੰਦੇ ਨੇ ਖਰੀਦੇ ਕਿਹੜੇ ਬੰਦੇ ਨੇ ਔਰ ਸੁਪਰੀਮ ਕੋਰਟ ਦੇ ਡਿਵੀਜ਼ਨ ਚੰਦਰਚੂੜੀ ਜਿਹੜੇ ਉੱਥੇ ਦੇ ਚੀਫ ਜਸਟਿਸ ਨੇ ਉਹਨਾਂ ਨੇ ਆਪ ਇਹ ਲਿਆ ਔਰ ਇਹਦੇ ਵਿੱਚ ਬੜੀ ਤਾਰੀਫ ਕੀਤੀ ਹੈ ਲੋਕਾਂ ਨੇ ਕਿ ਇਹ ਬੜੀ ਇਹ ਹੈ ਲੋਕਤੰਤਰ ਦੀ ਜਿੱਤ ਜਦੋਂ ਕਿ ਇਹਨਾਂ ਨੇ ਜਿਹੜੇ ਜੋ ਇਹਦੇ ਵਿੱਚ ਕੁਝ ਹੋ ਰਿਹਾ ਸੀ ਗਲਤ ਜੋ ਇਹਦੇ ਵਿੱਚ ਲੋਕਾਂ ਦੇ ਅਗੇਂਸਟ ਕੰਮ ਹੋ ਰਿਹਾ ਸੀਗਾ ਜਾਂ ਲੋਕਤੰਤਰ ਦੇ ਅਗੇਂਸਟ ਕੰਮ ਰਿਹਾ ਉਹਨੂੰ ਉਹਨਾਂ ਨੇ ਸਿੱਧੇ ਰਾਤੇ ਪਾਤਾ ਹੁਣ ਇਹਨਾਂ ਦੇ ਵਿੱਚ ਜੋ ਡਿਟੇਲ ਆਈ ਹੈ ਇਹਦੇ ਵਿੱਚ 27000 ਤੋਂ ਕੁਝ ਅਭਾਵ ਹੈ ਗਿਆ ਉਹ ਜਿਹੜੇ ਸ਼ੇਅਰ ਜਾਂ ਜੋ ਕੁਝ ਉਹਨਾਂ ਨੇ ਬਾੰਡ ਸੀਗੇ ਉਹ ਪਏ ਸੀਗੇ ਉਹਦੇ ਵਿੱਚੋਂ ਜ਼ਿਆਦਾਤਰ ਜਿਹੜੀ ਹੈਗੀਆਂ ਸਰਕਾਰਾਂ ਨੇ ਖਰੀਦੇ ਆ ਉਦੋਂ ਦੀ ਮੌਜੂਦਾ ਸਰਕਾਰਾਂ ਦੇ ਜਿਹੜੇ ਨਮਾਇंदे ਸੀਗੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਖਰੀਦੇ ਆ ਐਕਚੁਅਲੀ ਇਹ ਸਾਰਾ ਬਲੈਕ ਮਨੀ ਆ ਇਹ ਕਾਲਾ ਤੰਦ ਸੀਗਾ ਇਹਦੇ ਵਿੱਚ ਜੋ ਕੁਛ ਹੋਇਆ ਪੈਸਾ ਦਿੱਤਾ ਗਿਆ ਕਿਧਰੋਂ ਆਇਆ ਕੀ ਦਿੱਤਾ ਡਿਟੇਲ ਹੁਣ ਸਾਰੀ ਸੁਪਰੀਮ ਕੋਰਟ ਕੋ ਪਹੁੰਚ ਗਿਆ ਫਿਰ ਚੌਂਡ ਕਮਿਸ਼ਨ ਕੋ ਚੱਲ ਜਾਣੀ ਆ ਔਰ ਜਾਂ ਤਾਂ ਉਹਨੂੰ ਬਕਾਇਦਾ ਤੌਰ ਤੇ ਇਸ ਇਲੈਕਸ਼ਨ ਤੋਂ ਵੰਜਿਤ ਕੀਤਾ ਜਾਊਗਾ ਉਹ ਇਲੈਕਸ਼ਨ ਲੜਨ ਦੇ ਯੋਗ ਨਹੀਂ ਰਹੂਗਾ ਜਿਹੜਾ ਬੰਦਾ ਹੈਗਾ ਜਾਂ ਕੋਈ ਮਰ ਚੁੱਕਿਆ ਹੋਗਾ ਜਾਂ ਕਿਸੇ ਪਾਸੇ ਗਿਆ ਪਰ ਹੁਣ ਤਬਦੀਸ਼ ਜਾਰੀ ਹੋ ਗਈ ਤਹਿਕੀਕਾਂ ਹੋ ਗਿਆ ਔਰ ਇਸ सीबीआई ਵੀ ਅੱਛਾ ਹੋ ਗਿਆ ਕਿ ਕਈ ਤਰ੍ਹਾਂ ਦੇ ਲੋਕ ਫੜੇ ਵੀ ਜਾਣਗੇ ਤੇ ਸੁਪਰੀਮ ਕੋਰਟ ਨੇ ਬੜਾ ਵਧੀਆ ਕੰਮ ਕਰ ਲਿਆ ਕਿਉਂਕਿ ਨਿਆਂਗੰਜ ਚਾ ਜਿਹੜੀ ਪਈਆਂ ਸੀ ਉਹਨਾਂ ਨੂੰ ਇਹਨਾਂ ਨੇ ਸਾਹਮਣੇ ਲੈੰਦਾ ਕਿ ਪਬਲਿਕ ਨੂੰ ਅਸੀਂ ਜਨਤਕ ਕਰਨਾ ਉਹਨਾਂ ਨੇ ਕਹਿਤਾ ਸੀ ਸੁਪਰੀਮ ਇਹਨਾਂ ਨੇ ਆਪਣੀ ਬੈਂਕ ਨੂੰ ਕਿ ਤੁਸੀਂ ਜਲਦੀ ਸਾਨੂੰ ਦੇ ਦਿਓ ਅਸੀਂ ਲੋਕਾਂ ਨੂੰ ਪਬਲਿਕ ਨੂੰ ਸਾਰਾ ਜਨਤਕ ਕਰ ਤੇ ਸਾਹਮਣੇ ਲਿਆਉਣਾ ਔਰ ਇਹਦੇ ਵਿੱਚ ਜਿੰਨੇ ਪੈਸੇ ਵੀ ਇੱਕ ਪਾਰਟੀ ਲੈ ਗਈ ਹੈ ਇੱਕ ਪਾਰਟੀ ਦੇ ਖਰਚ ਕਰਕੇ ਕਰ ਲਿਆ ਉਹਨਾਂ ਨੂੰ ਇਹ ਰੱਖਿਆ ਸੀ ਉਹਲੇ ਰੱਖੀ ਸੀ ਉਹ ਬੰਦੇ ਦਾ ਨਾਂ ਨਹੀਂ ਦੱਸਿਆ ਜਾਂਦਾ ਜਿਹਨੇ ਖਰੀਦੇ ਜਿਹਨੇ ਵੇਚ ਜਿਹਨੇ ਕਾ ਲਿਆਦਾਗਾ ਉਹ ਬੈਂਕ ਰੱਖਦੀ ਸੀ ਉਹਲਾ ਉਹ ਦੱਸਦੀ ਕੁਛ ਨਹੀਂ ਕਿਦਾ ਹੈਗਾ ਇਹਦੇ ਵਿੱਚ ਮੇਰਾ ਖਿਆਲ ਹੈ ਕਿ ਮਿਲੇ ਪੁੱਗ ਤਾਂ ਬੈਂਕ ਦੀ ਵੀ ਹੈਗੀ ਹੈ ਬੈਂਕ ਵੀ ਗਵਰਨਮੈਂਟ ਦੀ ਹੈ ਉਦੋਂ ਦੀ ਹੈਗੀ ਹੈ ਇਹ 1975 ਦੇ ਵਿੱਚ ਗਵਰਨਮੈਂਟ ਦੇ ਅਧਾਰੇ ਚ ਆ ਗਈ ਬੈਂਕ ਹੁਣ ਇਹ ਦੇਖ ਲੋ ਹੁਣ ਤੱਕ ਚੋਣ ਬਾਣ ਦੇ ਨਾਲ ਕਿੰਨੇ ਇਹਨਾਂ ਨੇ ਪੈਸਾ ਵਟਿਆ ਕਿੰਨਾ ਖਟਿਆ ਕਿੰਨੀਆਂ ਪੋਸਟਾਂ ਕ੍ਰੀਏਟ ਕਰਕੇ ਓਐਮਪੀ ਬਣ ਗਏ ਮੰਤਰੀ ਵੀ ਬਣ ਗਏ ਇਸ ਜਿਹੜੇ 2 ਨੰਬਰ ਦੇ ਪੈਸੇ ਨਾਲ ਬਕਾਇਦਾ ਤੌਰ ਤੇ ਕਿਹਦੇ ਨਾਲ ਧੋਖਾ ਸੀ ਪਬਲਿਕ ਨਾਲ ਵੋਟਰਾਂ ਨਾਲ ਸਾਰੀ ਜਨਤਾ ਨਾਲ ਡੈਮੋਕ੍ਰੇਸੀ ਨਾਲ ਔਰ ਐਸਵੀ ਨੇ ਇਹਨਾਂ ਨੇ ਪੂਰੇ ਦਾ ਪੂਰਾ ਨੂੰ ਸਾਹਮਣੇ ਲੈਂਦਾ ਸੁਪਰੀਮ ਕੋਰਟ ਨੇ ਔਰ 2-4 ਦਿਨਾਂ ਵਿੱਚ ਉਹਨਾਂ ਬਿਲਕੁਲ ਨਤਾਰਾ ਕਰ ਦਿੱਤਾ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਵੱਖਰਾ ਕਰਕੇ ਕਰ ਦਿੱਤਾ ਅੱਜ ਵੀ ਇਹੀ ਗੱਲ ਹੈ ਔਰ ਇਲੈਕਸ਼ਨ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਈ ਖਰਚੇਜ਼ਾਰ ਹੋ ਰਿਹਾ ਜਿਹਦੇ ਚ ਤੁਸੀਂ ਕਿਸਾਨਾਂ ਦਾ ਮਸਲਾ ਵਿਚਾਰਾ ਸਿਰ ਤੇ ਆਗਾ ਇੱਕ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਚੰਡੀਗੜ੍ਹ ਮੇਅਰ ਦੀ ਇਲੈਕਸ਼ਨ ਹੋਈ ਉਹਦੇ ਵਿੱਚ ਸੁਪਰੀਮ ਕੋਰਟ ਨੇ ਦਖਲਅੰਦਾਜ਼ੀ ਕਰਕੇ ਨਤੀਜੇ ਪਲਟਾ ਦਿੱਤੇ ਬੀਜਪੀ ਦੇ ਹੱਕੇ ਚ ਗਿਆ ਸੀਗਾ ਮੇਅਰ ਦਾ ਮੇਅਰ ਉਹਨਾਂ ਨੇ ਗਿਆ ਸੀ ਪਹਿਲਾਂ ਨਤੀਜਾ ਔਰ ਸਾਰੀ ਗੇਮ ਪਲਟਾ ਕੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਬਣਿਆ ਹੁਣ ਮੇਅਰ ਇਹ ਚੰਡੀਗੜ੍ਹ ਦਾ ਜਿਹੜਾ ਇਲੈਕਸ਼ਨਸ ਦਾ ਸਾਰਾ VOTING ਦਾ ਸਿਸਟਮ ਸਾਹਮਣੇ ਆਇਆ ਹੈ ਉਹਦੇ ਉੱਤੇ ਵੀ ਬਹੁਤ ਵੱਡੀ ਚਰਚਾ ਹੋਈ ਕੁਐਸਚਨ ਮਾਰਕ ਲੱਗਾ ਕਿ ਇਹ ਡੈਮੋਕ੍ਰੇਸੀ ਦਾ ਹਾਲ ਕੀ ਹੁੰਦਾ ਪਿਆ ਉਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਹੀ ਆਪਣਾ ਪਾਵਰ ਦਾ ਇਸਤੇਮਾਲ ਕੀਤਾ ਲੋਕਾਂ ਨੇ ਕਿਹਾ ਕਿ ਮਰਡਰ ਆਫ ਡੈਮੋਕ੍ਰੇਸੀ ਹੈ ਇਹ ਜਮਹੂਰੀਅਤ ਕਾਦੀ ਹੈ ਗਈ ਤੇ ਡਿਕਟੇਟਰਸ਼ਿਪ ਤਾਂ ਵੀ ਅੱਗੇ ਦੀ ਗੱਲ ਹੋ ਗਈ ਤਾਨਾਸ਼ਾ ਵੀ ਨਹੀਂ ਇਦਾਂ ਉਹਟਾਂ ਦੂਜੇ ਪਾਸੇ ਪਾਲੋ ਜਤਾ ਹੋਰ ਕੇ ਬੰਦੇ ਨੇ ਤਾਂ ਉਹ ਵੀਡੀਓ ਵੀ ਬਣ ਗਈ ਸਾਰਾ ਕੁਝ ਹੋਇਆ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਉਹਨਾਂ ਨੂੰ ਬੁਲਾਇਆ ਉੱਥੇ ਜਿਨ੍ਹਾਂ ਤੇ ਇਹ ਦੋਸ਼ ਮੜਿਆ ਗਿਆ ਉਹਦੇ ਵਿੱਚ ਉਹ ਪ੍ਰੈਜ਼ਾਈਡਿੰਗ ਆਫੀਸਰ ਸਾਰੇ ਉਹਨਾਂ ਦੱਸਿਆ ਮਸੀਜ ਮਸਤ ਸੀ ਨੇ ਉਹ ਅੱਗੇ ਉੱਥੇ ਸਾਹਮਣੇ ਮੰਨਣਾ ਪਿਆ ਉਹਨਾਂ ਨੂੰ ਹੁਣ ਜਿਹੜੇ ਇਲੈਕਟੋਰਲ ਬਾਂਡਸ ਪਾਈ ਜਾਣਗੇ ਉਹਦੇ ਵਿੱਚ ਇਹ ਪਤਾ ਲੱਗੇਗਾ ਕਿਹੜੇ ਕਿਹੜੇ ਬਿਜ਼ਨਸਮੈਨ ਨੇ ਕਿਹੜੇ ਕਿਹੜੇ ਬਿਜ਼ਨਸ ਕੰਪਨੀ ਨੇ ਇਹ ਇਲੈਕਟੋਰਲ ਬਾਂਡਸ ਦੇ ਵਿੱਚ ਇਨਵੈਸਟ ਕੀਤਾ ਹੈ ਔਰ ਕਿਹੜੀ ਕਿਹੜੀ ਪਾਰਟੀ ਨੂੰ ਫੰਡ ਗਿਆ ਹੈ ਪਰ ਇੱਥੋਂ ਇਹ ਪਤਾ ਨਹੀਂ ਲੱਗੇਗਾ businessman ਦਾ ਪੈਸਾ ਕਿਹੜੀ ਪਾਰਟੀ ਨੂੰ ਗਿਆ ਹੈ ਇਹ ਟੋਟਲ ਪਤਾ ਲੱਗਦਾ ਪਿਆ ਕਿ ਇੰਨਿਆਂ ਨੇ ਦਿੱਤਾ ਤੇ ਇੰਨਿਆਂ ਨੇ ਲਿੱਤਾ ਕਿੰਨਾ ਕਿੰਨਾ ਲਿੱਤਾ ਇਹ ਸਾਹਮਣੇ ਆ ਰਿਹਾ ਪਰ ਇਹ ਵੀ ਡਿਟੇਲ ਹੋਣੀ ਚਾਹੀਦੀ ਹੈ ਔਰ ਇਹ ਵੀ ਲੋਕ ਕਹਿ ਰਹੇ ਨੇ ਕਿ ਸਟੇਟ ਬੈਂਕ ਆਫ ਇੰਡੀਆ ਇਹ ਡਿਟੇਲ ਵੀ ਦਵੇ ਕਿ ਕਿਹੜੀ ਕੰਪਨੀ ਨੇ ਜਿਹੜਾ ਪੈਸਾ ਦਿੱਤਾ ਸੀ ਉਹ ਕਿਹੜੀ ਪਾਰਟੀ ਨੂੰ ਗਿਆ ਇਹ ਮੰਗ ਲਿਆ ਉਹਨਾਂ ਨੇ ਇਹ ਵੀ ਮੰਗ ਲਿਆ ਔਰ ਇਹ ਡਿਟੇਲ ਆ ਗਈ ਤੇ ਪਤਾ ਲੱਗ ਜਾਏਗਾ ਕਿ ਕਿਹੜੀ ਕਿਹੜੀ ਪਾਰਟੀ ਨੂੰ ਪਾਇਸਾ ਕਿੰਨਾ ਕਿੰਨਾ ਜਾ ਰਿਹਾ ਕਿਹੜੇ ਕਿਹੜੇ ਕੰਪਨੀ ਕਿਹੜਾ ਕਿਹੜਾ ਬਿਜ਼ਨਸਮੈਨ ਕਿਨੂੰ ਕਿਨੂੰ ਪੈਸਾ ਦੇ ਰਿਹਾ ਕਿਉਂਕਿ ਬੀਜੇਪੀ ਗਵਰਨਮੈਂਟ ਦੇ ਉੱਤੇ ਇਹ ਹਮੇਸ਼ਾ ਇਲਜ਼ਾਮ ਲੱਗਦਾ ਰਿਹਾ ਕਿ ਇਹ ਕਾਰਪੋਰੇਟਸ ਦੀ ਸਰਕਾਰ ਹੈ ਕਾਰਪੋਰੇਟ ਐਨੂੰ ਚਲਾਉਂਦਾ ਹੈ ਔਰ ਕਾਰਪੋਰੇਟ ਚੰਦਾ ਦਿੰਦਾ ਹੈ ਤੇ ਇਸ ਕਰਕੇ ਕਾਰਪੋਰੇਟਸ ਦੇ ਸਾਰੇ ਕੰਮ ਹੁੰਦੇ ਨੇ ਔਰ ਕਾਰਪੋਰੇਟਸ ਨੂੰ ਹੀ ਸਾਰਾ ਭਾਰਤ ਦੀਆਂ ਸੰਸਥਾਵਾਂ ਨਿੱਜੀਕਰਨ ਕੀਤਾ ਜਾ ਰਿਹਾ ਹੈ तमाम ਗੱਲਾਂ ਬੀਜੇਪੀ ਬਾਰੇ ਕਹੀਆਂ ਜਾਂਦੀਆਂ ਨੇ ਜੇ ਇਹ ਮਿਲਾਨ ਹੋ ਗਿਆ ਕਿ ਕਿਹੜੀ ਕੰਪਨੀ ਦਾ ਪੈਸਾ ਕਿਹੜੀ ਪਾਰਟੀ ਕੋਲ ਜਾ ਰਿਹਾ ਤਾਂ ਗੱਲਾਂ ਹੋਰ ਜ਼ਿਆਦਾ ਖੁੱਲ ਸਕਦੀਆਂ ਨੇ ਔਰ ਇਹ ਵੀ ਲੋਕਤੰਤਰ ਹੈ ਹੁਣ ਕੀ ਕੀਤਾ ਜਾਵੇ ਬੜੇ ਗੱਲ ਹੁੰਦੀ ਹੈ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਦੀ ਗੱਲ ਹੁੰਦੀ ਹੈ ਉਹ ਪੈਸਾ ਲੋਕਾਂ ਨੇ ਸਮਝਿਆ ਕਿ ਉਹ ਗਵਰਨਮੈਂਟ ਦਾ ਹੈ ਪਰ ਬਾਅਦ ਚ ਪਤਾ ਲੱਗੇ ਕਿ ਇਹ ਤਾਂ ਪ੍ਰਾਈਵੇਟ ਹੈ ਇਹ ਵੀ ਗੱਲਾਂ ਹੁੰਦੀਆਂ ਪਈਆਂ ਨੇ ਔਰ ਉਹਦੀ ਡਿਟੇਲਸ ਵੀ ਨਹੀਂ ਪਤਾ ਉਹਦੀ ਕੋਈ ਆਡਿਟ ਨਹੀਂ ਮਤਲਬ ਇਹ तमाम तरह ਦਾ ਜਿਹੜਾ ਪੈਸਾ ਹੈ ਇਹਨੂੰ ਅਸੀਂ ਬਲੈਕ ਮਨੀ ਕਹਿ ਸਕਦੇ ਆਂ ਪੋਲਿਟੀਕਲ ਕ੍ਰਾਈਮ ਜਾਂ ਪੋਲਿਟੀਕਲ ਬ੍ਰਾਈਬਰੀ ਜਾਂ ਪੋਲਿਟੀਕਲ ਕ腐ਸ਼ਨ ਕਹਿ ਸਕਦੇ ਆਂ ਪਰ ਇਹ ਲੋਕਤੰਤਰ ਦੇ ਵਿੱਚ ਐਗਜ਼ਿਸਟ ਕਿਉਂ ਕਰਦਾ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਤਰੀਕੇ ਨਾਲ ਸਾਫ਼ ਸੁਥਰੇ ਢੰਗ ਨਾਲ ਐਕਸਰਸਾਈਜ਼ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ ਇਹ तमाम तरह ਦੀਆਂ ਗੱਲਾਂ ਹੁੰਦੀਆਂ ਨੇ ਬਲਕਾਂ ਔਰ ਦੁਨੀਆ ਦੇ ਵਿੱਚ ਜਿਹੜੇ ਵੱਡੇ ਵੱਡੇ ਐਕਸਪਰਟਸ ਬੈਠੇ ਨੇ ਉਹ ਇਹ ਗੱਲ ਇੱਥੋਂ ਤੱਕ ਵੀ ਕਹਿੰਦੇ ਪਏ ਨੇ ਕਿ ਭਾਰਤ ਦੇ ਵਿੱਚ ਲੋਕਤੰਤਰ ਹੁਣ ਨਹੀਂ ਬਚਿਆ ਉਸ ਰੂਪ ਦੇ ਵਿੱਚ ਜੋ ਕਨਸਟੀਟਿਊਸ਼ਨ ਕਹਿੰਦਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰੀ ਪ੍ਰਣਾਲੀ ਹੈ ਅੱਜ ਇੱਥੇ ਬਹੁਤ ਜ਼ਿਆਦਾ ਹਾਵੀ ਹੋ ਚੁੱਕਾ ਹੈ ਚੋਣ ਜਿੱਤਣ ਦਾ ਇੱਕ ਜੋ ਰਿਵਾਜ ਹੈ ਜਾਂ ਸਿਸਟਮ ਹੈ ਔਰ ਉਦੇ ਵਿੱਚ ਚੋਕਸ ਚੱਲਦਾ ਹੈ ਬਲੈਕ ਮਨੀ ਪਾਵਰ ਪਲੇ ਸਭ ਕੁਝ ਚਲਦੀ ਹੈ ਔਰ ਚੋਣ ਜਿੰਨਾ ਹੀ ਇੱਕ ਮੰਤਵ ਰਹਿ ਗਿਆ ਹੈ ਬਸ ਲੋਕਾਂ ਕੋਲ ਨਾ ਅਧਿਕਾਰ ਹੈ ਕਿ ਤੁਸੀਂ ਵੋਟ ਪਾ ਸਕਦੇ ਹੋ ਬਾਕੀ ਡੈਮੋਕ੍ਰੇਸੀ ਵਾਲੀ ਕੋਈ ਗੱਲ ਨਹੀਂ ਇਹ ਵੀ ਕਿਹਾ ਜੀ ਸੁਪਰੀਮ ਕੋਰਟ ਨੇ ਬੜਾ ਐਨ ਵਕਤ ਸਿਰ ਜਿਹੜਾ ਹੈ ਕੇਸ ਲਿਆ ਜਦੋਂ ਕਿ ਇਲੈਕਸ਼ਨ ਸਿਰ ਤੇ ਹੈਗੇ ਲੋਕਾਂ ਨੂੰ ਘਟੋ ਘਟ ਪਤਾ ਤੇ ਲੱਗ ਜਾਏ ਕਿ ਕੌਣ ਝੂਠਾ ਕੌਣ ਸੱਚਾ ਹੈਗਾ ਕਿ ਕਦੋਂ ਦੇ ਪਰਤਾਂ ਲੁਕੋ ਕੇ ਕਦੋਂ ਦੇ ਇਹਨਾਂ ਨੇ ਉਹ ਜਿਹੜੇ ਉਹ ਚੀਜ਼ਾਂ ਜਿਹੜੀਆਂ ਸੀ ਲੁਕਾ ਕੇ ਰੱਖੀਆਂ ਬੈਂਕਾਂ ਨੇ ਔਰ ਬੈਂਕਾਂ ਉਦੋਂ ਤੱਕ ਫੇਵਰ ਤਾਂ ਕਰਦੀਆਂ ਰਹੀਆਂ ਜਦੀਆਂ ਜਿਹੜੀ ਮੌਜੂਦਾ ਜਿਹੜੀ ਜਿਹੜੀ ਗਵਰਨਮੈਂਟ ਸੀਗੀ ਉਹਨਾਂ ਦੀ ਇਹਨਾਂ ਨੇ ਜਾਣ ਜਾਣ ਬੁੱਝ ਕੇ ਜਿਹੜੀ ਆ ਹਮਾਇਤ ਕੀਤੀ ਆ ਹੁਣ ਇਸ ਵੇਲੇ ਇਹਨਾਂ ਨੂੰ ਦੱਸਣਾ ਪਿਆ ਕਿ ਕੋਈ ਕੋਈ ਜੁਡੀਸ਼ੀਅਰੀ ਹੈ ਸੁਪਰੀਮ ਕੋਰਟ ਆ ਉਹ ਤੋਂ ਕੋਈ ਮਨ ਕਰਨੀ ਹੋ ਸਕਦਾ ਚਾਹੇ ਪ੍ਰਾਈਮ ਮਿਨਿਸਟਰ ਕਿਉਂ ਨਾ ਹੋਵੇ ਪ੍ਰੈਜ਼ੀਡੈਂਟ ਆਫ ਇੰਡੀਆ ਕਿਉਂ ਨਾ ਹੋਵੇ ਸਾਰਿਆਂ ਨੂੰ ਇਹਨਾਂ ਦਾ ਹੁਕਮ ਮੰਨਣਾ ਪਊਗਾ ਜੋ ਜਿੱਥੇ ਜਿੱਥੇ ਗਲਤੀ ਹੋਈ ਆ ਜਦੋਂ ਇਕੁਅਲ ਬਿਫੋਰਲਾ ਅਸੀਂ ਸਾਬ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਆ ਅਸੀਂ ਨਾਗਰਿਕਾਂ ਦੇਸ਼ ਦੇ ਔਰ ਜੇ ਅਸੀਂ ਬਹਿ ਕੇ ਇਸ ਇਸ ਤਰ੍ਹਾਂ ਦੀ ਗੱਲਾਂ ਕਰਕੇ ਉਹਨਾਂ ਦੇਖਿਆ ਜਾਊਗਾ ਕਿਹੜੇ ਮੈਨੇਜਰ ਦੇ ਸਾਈਨ ਉੱਤੇ ਕਿਹੜੇ ਜਨਰਲ ਮੈਨੇਜਰ ਜਨਰਲ ਮੈਨੇਜਰ ਦੇ ਸਾਈਨ ਆ ਗਏ ਕਿਦੀ ਪਾਸਬੁੱਕ ਹੈਗਾ ਕਿਹਦਾ ਅਕਾਊਂਟ ਹੈਗਾ ਔਰ ਕਿਦੀ ਟ੍ਰਾਂਜੈਕਸ਼ਨ ਹੈ ਕਿੰਨਾ ਪੈਸਾ ਕਿਦੇ ਅਕਾਊਂਟ ਚ ਆਇਆ ਕਿੱਥੋਂ ਆਇਆ ਇਹ ਚ ਕਾਰਪੋਰੇਟ ਵਿੱਚ ਫੜੇ ਜਾਣਿਆ ਇਹ ਚ ਬਹੁਤ ਲੋਕ ਆਉਣ ਗਿਆ ਬਕਾਇਦਾ ਤੌਰ ਤੇ ਉਹ ਆਉਣਗੇ ਵੱਡੇ ਲੋਕ ਹੀ ਜਿਸ ਗਰੀਬ ਕੋ ਰੋਟੀ ਖਾਣ ਲਈ ਪੈਸਾ ਨਹੀਂ ਹੈਗਾ ਜਿਹਨ ਨੂੰ ਸੌਣ ਲਈ ਮੰਝਾ ਨਹੀਂ ਹੈਗਾ ਜਿਹਦੇ ਕੋਲ ਛੱਤ ਨਹੀਂ ਉਹਨੇ ਵਿਚਾਰੇ ਨੇ ਬਾਉਂਡ ਕੀ ਖਰੀਦਨੇ ਤਾਂ ਉਹਨੇ ਕੀ ਕਰਨਾ ਇਹ ਤਮਾਸ਼ਾ ਇਹ ਜਿਹੜੇ ਰਹਿਣ ਸਹਣ ਦੇ ਤਰੀਕੇ ਆ ਜਾਂ ਜੋ ਵੀ ਲਗਜ਼ਰੀ ਕਾ ਗੱਲਾਂ ਨੇ ਇਹ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਕੋਲ ਬਹੁਤ ਆਤ ਹੈ ਪੈਸੇ ਦੀ ਜਿਨ੍ਹਾਂ ਕੋਲ ਬਹੁਤ ਬੇਗਿਣਤ ਪੈਸਾ ਇਹ ਉਹਨਾਂ ਦੀ ਉਹਨਾਂ ਦੇ ਸਿਰ ਦੀ ਗੱਲ ਹੈਗੀ ਆ ਉਹਨਾਂ ਨੇ ਸਾਰਾ ਕੁਝ ਕਰਨਾ ਤਾਂ ਕੀਤਾ ਹੈਗਾ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਉਹਨਾਂ ਦੀ ਨਬਜ ਨਚੋੜ ਲਈ ਆ ਕਿ ਇਹ ਕਿੱਥੋਂ ਬੰਦਾ ਫੜਿਆ ਜਾ ਔਰ ਐਸ ਵੇਲੇ ਕਿਹੜਾ ਦੋਸ਼ੀ ਆ ਕਿਹਦੇ ਤੇ ਦੋਸ਼ ਮੜਿਆ ਜਾਣਾ ਔਰ ਬਿਲਕੁਲ ਇਲੈਕਸ਼ਨ ਤੋਂ ਬਿਲਕੁਲ ਥੋੜੇ ਦਿਨ ਪਹਿਲੋਂ ਦੀ ਗੱਲ ਹੈਗੀ ਆ ਐਕਸੈਕਟਲੀ ਔਰ ਇਸ ਵਕਤ ਪਾਚਪਾਨ ਨੇ ਆਪਣੇ 72 ਹੋਰ ਉਮੀਦਵਾਰਾਂ ਦੀ ਲੋਕ ਸਭਾ ਚੋਣਾਂ ਲਈ ਸੂਚੀ ਜਾਰੀ ਕਰ ਦਿੱਤੀ ਹੈ ਕਿਉਂਕਿ ਹਮੇਸ਼ਾ ਇਹ ਨਜ਼ਰ ਰਹਿੰਦੀ ਹੁਣ ਇਹ ਸੈਕੰਡ ਐਕਸਰਸਾਈਜ਼ ਹੋਈ ਹੈ ਸੂਚੀ ਜਾਰੀ ਕਰਨ ਦੀ ਔਰ ਇਹਦੇ ਵਿੱਚ ਵੀ ਫਿਰ ਉਹਨਾਂ ਦੇ ਟਕਰਾਅ ਦੇ ਵਿੱਚ ਉਹਨਾਂ ਦੇ ਮੁਕਾਬਲੇ ਦੇ ਵਿੱਚ ਕਿਹੜੇ ਕਿਹੜੇ ਹੋਰ ਪਹਿਲਵਾਨ ਉਤਾਰਨੇ ਨੇ ਦੂਜੀਆਂ ਪਾਰਟੀਆਂ ਨੇ ਇਹ ਵੀ ਸਾਰੇ ਚਰਚਾ ਹੋਏਗੀ ਹੁਣ ਇਸ ਵਕਤ ਦੂਸਰੀ ਲਿਸਟ ਜਾਰੀ ਕਰ ਦਿੱਤੀ ਗਈ ਹੈ 72 ਉਮੀਦਵਾਰਾਂ ਦੀ ਭਾਜਪਾ ਵੱਲੋਂ ਹਾਂ ਭਾਜਪਾ ਨੇ ਇੱਕ ਪਹਿਲੋਂ ਲਿਸਟ ਜਾਰੀ ਕੀਤੀ ਸੀ ਦਿੱਲੀ ਤੋਂ ਉਹਦੇ ਵਿੱਚ ਵੀ ਜਿਹੜੇ ਕਾਫੀ ਵੱਡੇ ਉਮੀਦਵਾਰ ਸੀ ਇਹਨਾਂ ਦੇ ਪੁਰਾਣੇ ਜਿਹੜੇ ਜਿਨ੍ਹਾਂ ਨੂੰ ਮੁੱਖ ਆਗੂ ਕਿਹਾ ਜਾਂਦਾ ਉਹਨਾਂ ਨੂੰ ਇਹਨਾਂ ਨੇ ਟਿਕਟਾਂ ਦੀ ਵੰਡ ਕਰ ਦਿੱਤੀ ਹੁਣ ਦੂਜੀ ਜਿਹੜੀ ਹੈਗੀ ਆ ਇਹਦੇ ਵਿੱਚ ਵੀ ਇਹਨਾਂ ਨੇ ਉਹ ਲੈ ਲਿਆ ਉਮੀਦਵਾਰ ਜਿਨ੍ਹਾਂ ਨੇ ਪਹਿਲੋਂ ਵੋਟਾਂ ਚੰਗੀਆਂ ਹਾਸਲ ਕੀਤੀਆਂ ਔਰ ਕੰਮ ਵੀ ਕੀਤਾ ਔਰ ਇਹਦੀ ਪੌਣਛਾਣ ਹੁਣ ਬੜੀ ਚੱਲ ਰਹੀ ਆ ਬਾਕਾਇਦਾਤਾਰ ਦੇ ਬਿਹਾਰ ਯੂਪੀ ਔਰ ਮ드ਰਾਸ ਕਰਨਾਟਕਾ ਔਰ ਉਧਰ ਬਾਕੀ ਸੂਬਿਆਂ ਦੇ ਵਿੱਚ ਵੀ ਇਹਨਾਂ ਨੇ ਸਾਰੀ ਪੂਨਛਣ ਕਰਕੇ ਟਿਕਟਾਂ ਮੰਡਣੀਆਂ ਸ਼ੁਰੂ ਕਰਤੀਆਂ ਕਿਉਂਕਿ ਇਲੈਕਸ਼ਨ ਆ ਗਈ ਸਿਰ ਤੇ ਔਰ ਚੋਣ ਕਮਿਸ਼ਨ ਇਹਨਾਂ ਨੇ ਆਪਣੇ ਨਾਮਿਨੇਸ਼ਨ ਦੇਣੀ ਪੈਣੀ ਇਹਨਾਂ ਨੂੰ ਜਲਦੀ ਔਰ ਜਿੰਨ ਜਿੰਨ ਦੇ ਨਾਮ ਇਹਨਾਂ ਨੇ ਕਰ ਦਿੱਤੇ ਕਿਉਂਕਿ ਬੀਜੇਪੀ ਦੇ ਵਿੱਚ ਜਿਹੜੀ ਹੈ ਇਕੱਠ ਇਕੱਠ ਹੈ ਗੱਠਜੋੜ ਬਹੁਤ ਅੱਛਾ ਹੈ ਇਹਨਾਂ ਦਾ ਔਰ ਇਹਦੇ ਵਿੱਚ ਅਮਿਤ ਸ਼ਾਹ ਜੀ ਅੱਗੇ ਨੇ ਰਾਜਨਾਥ ਜੀ ਅੱਗੇ ਨੇ ਸੀਧਾਰਾਮਨ ਜੀ ਜਿਹੜੇ ਫਾਈਨਾਂਸ ਮਿਨਿਸਟਰ ਹੋ ਅੱਗੇ ਨੇ ਔਰ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਮੋਦੀ ਸਾਹਿਬ ਨੇ ਉਹਨਾਂ ਦੀ ਸਲਾਹ ਚਲਦੀ ਸਾਰੇ ਪਾਸੇ ਔਰ ਬਕਾਇਦਾ ਤੌਰ ਤੇ ਇਹਨਾਂ ਨੇ ਪਹਿਲਾਂ ਹੀ ਇੱਕ ਰੋਡ ਮੈਪ ਹੋਰ ਬਣਾ ਰੱਖਿਆ ਸੀ ਕਿ ਕਿੱਥੇ ਕਿੱਥੇ ਟਿਕਟਾਂ ਦੀ ਵੰਡ ਹੋਣੀ ਚਾਹੀਦੀ ਹੈ ਕਿ ਨੂੰ-ਕੀ ਨੂੰ ਦੇਣੀਆਂ ਇਹਨਾਂ ਦੇ ਵੈਸੇ ਕੋਈ ਨੁਕਤਾ ਚੁਣੀ ਨਹੀਂ ਹੋਈ ਕੋਈ ਆਲੋਚਨਾ ਨਹੀਂ ਹੋਈ ਇਹਨਾਂ ਤੇ ਕੋਈ ਉਂਗਲ ਨਹੀਂ ਉੱਠੀ ਜਦੋਂ ਇਹ ਇਲੈਕਸ਼ਨ ਲੜਦੇ ਆ ਜਾਂ ਜੋਸ਼ ਕਰਦੇ ਆ ਜੈਨੂਨ ਬੰਦੇ ਹੀ ਆਉਂਦੇ ਆ ਇਹਨਾਂ ਦੇ ਜਿਹੜੇ ਵੀ ਪੁਰਾਣੇ ਲੀਡਰ ਨੇ ਜਿਨ੍ਹਾਂ ਨੇ ਕੰਮ ਕੀਤਾ ਆਪਣੇ ਇਲਾਕੇ ਵਿੱਚ ਕਿਉਂਕਿ ਜਿਹੜੇ ਇਹਦੇ ਜਿਹੜੇ ਲੋਕ ਸਭਾ ਦੇ ਹਲਕੇ ਆ ਨਾ ਇਹ ਕਾਫੀ ਵੱਡੇ ਹੁੰਦੇ ਆ ਇਹਦੇ ਵਿੱਚ ਘੱਟੋ-ਘੱਟ 8-9 ਹਲਕੇ ਵਿਧਾਨ ਸਭਾ ਦੇ ਹੁੰਦੇ ਆ ਔਰ तकरीबन पूरा डिस्ट्रिक्ट ही ਹੁੰਦਾ ਉਹਦੇ ਵਿੱਚ ਜਦ ਜਲੰਧਰ ਦਾ ਹੈਗਾ ਇੱਕ ਹੀ ਹੈਗਾ ਔਰ ਉਹਦੇ ਵਿੱਚ ਅਮਰਸਰ ਜਿੱਦਾਂ ਆਪਣਾ ਪੰਜਾਬ ਦੇ ਵਿੱਚ ਆ ਪੰਜਾਬ ਚ 13 ਹੈਗੀਆਂ ਤੇ ਸਾਰੀਆਂ ਵਾਰਡ ਮੰਡ ਆ ਕੇ ਜੜੀਆਂ ਪ੍ਰਦੇਸ਼ਾਂ ਦੇ ਵਿੱਚ ਵੰਡੀਆਂ ਹੋਈਆਂ ਕਿੰਨੇ ਕਿੰਨੇ ਹੈਗਾ ਔਰ ਯੂਪੀ ਸਭ ਤੋਂ ਅੱਗੇ ਔਰ ਮੇਰਾ ਖਿਆਲ ਹੈ ਜਿਹੜੀ ਸਭ ਤੋਂ ਵੱਡੀ 65 ਮੰਨ ਲਓ ਜਾਂ ਜਿਹੜੀ ਉਹਦੇ ਵਿੱਚ ਇਹਨਾਂ ਦੀ ਖੜੋਤ ਹੈ ਜਿਹੜੀ ਇਹਨਾਂ ਦੀ ਸਭ ਤੋਂ ਜ਼ਿਆਦਾ ਯੂਪੀ ਦੇ ਵਿੱਚ ਬੀਜੇਪੀ ਦਾ ਹੈਗਾ ਓਕੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਵੀ ਉੱਥੇ ਵਾਰਨਾ ਚਾਹੀਦਾ ਜਦ ਦੇ ਔਰ ਰਾਜਨਾਥ ਜੀ ਵੀ ਇਹ ਸਾਰੇ ਜਿੰਨੇ ਵੀ ਵੱਡੇ ਨੇਤਾ ਨੇ ਗੜਕੜੀ ਸਾਹਿਬ ਵੀ ਸਾਰੇ ਉੱਥੋਂ ਹੀ ਨਜਿੱਤਦੇ ਆ ਔਰ ਰਾਤ ਨੂੰ ਬੈਠ ਕੇ ਅਸ਼ੋਕਾ ਰੋਡ ਤੇ ਇਹਨਾਂ ਦਾ ਮੁੱਖ ਦਫ਼ਤਰ ਹੈ ਦਿੱਲੀ ਉੱਥੇ ਬੈ ਕੇ ਇਹਨਾਂ ਦੀ ਮੀਟਿੰਗ ਹੁੰਦੀ ਆ ਔਰ ਨੈਸ਼ਨਲ ਮੀਟਿੰਗ ਦੇ ਵਿੱਚ ਡਿਸਾਈਡ ਕਰ ਲੈਂਦੇ ਆ ਕਿ ਕਿਹਨੂੰ ਕਿਹਨੂੰ ਕੀ ਵੰਡਣਾ ਹੈ ਔਰ ਦੂਜੇ ਪਾਸੇ ਇੰਡੀਆ ਦੇ ਵਿੱਚ ਰੌਲਾ ਪੈਂਦਾ ਵੰਡਣ ਵੰਡਾਈ ਦਾ ਬੜਾ ਕੁਝ ਹੁੰਦਾ ਉਹ ਦਿਫਾੜ ਹੋ ਜਾਂਦਾ ਕੰਮ ਇਹ ਯੂਨਿਟੀ ਨਾਲ ਚੱਲਦੇ ਆ ਇਸ ਇਕਤਾ ਨੇ ਇਹਨਾਂ ਨੂੰ ਬਹੁਤ ਕੁਝ ਦੇ ਦੇਣਾ ਕਿਉਂਕਿ ਇਹਦੇ ਵਿੱਚ ਨੁਕਤਾਚੀ ਨਹੀਂ ਘਟ ਹੁੰਦੀ ਆ એનર્ਜੀ ਵੇਸਟ ਨਹੀਂ ਹੁੰਦੀ ਔਰ ਜੋ ਕੁਛ ਵੀ ਹੁੰਦਾ ਨਾ ਸਾਰਾ ਕੁਛ ਬੜਾ ਵਧੀਆ ਤੇ ਬੜੇ ਸਿਸਟਮ ਦੇ ਅੰਦਰ ਹੁੰਦਾ ਉਹ ਹਿਸਾਬ ਨਾਲ ਹੀ ਚੱਲਦਾ ਹੈਗਾ ਜਿਹੜੀ ਤੁਸੀਂ ਗੱਲ ਕੀਤੀ ਹੁਣ ਇਹ ਸੀਟਾਂ ਅਨਾਉਂਸ ਕਰ ਦਿੱਤੀਆਂ ਇਹਨਾਂ ਨੇ ਉਹ ਮੈਂਟਲੀ ਤੌਰ ਤੇ ਤਿਆਰ ਹੋ ਗਿਆ ਉਹਨਾਂ ਨੂੰ ਕੰਮ ਪਤਾ ਕਿਤੇ ਕਿਤੇ ਕੀ ਕਰਨਾ ਕਿ ਇਹਨੂੰ ਆਪਣਾ ਅਸੀਂ ਨਾਲ ਜੋੜਨਾ ਕਿ ਇਹਨੂੰ ਤੋੜਨਾ ਵਰਕਰ ਇਹਨਾਂ ਦੇ ਨਾਲ ਜਿਹੜੇ ਪਾਰਟੀ ਦੇ ਵਰਕਰ ਉਹ ਚੱਲਦੇ ਨਾਲ ਉਹਨਾਂ ਨਾਲ ਲਾ ਕੇ ਚੱਲਦੇ ਆ ਚਾਹੇ ਰਾਜ ਇਹਨਾਂ ਕਰਨਾ ਕੰਮ ਇਹਨਾਂ ਨੇ ਤੋੜਨਾ ਪਰ ਸਾਰੀ ਜਿਹੜਾ ਬਲਬੂਤਾ ਉਹਨਾਂ ਦੇ ਵਰਕਰਾਂ ਦੇ ਸਿਰ ਤੇ ਹੁੰਦਾ ਜੇ ਸੀਰੀਏ 'ਚ ਵੀ ਕਿਉਂਕਿ ਜਿਆਦਾ ਸੀਟਾਂ ਜਿਹੜੀਆਂ ਹੈਗੀਆਂ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਹੈਗਾ ਹੈ ਨਾ ਉਹ ਜੋ ਬੰਗਾਲ ਚ ਸਾਰੇ ਉਹਨਾਂ ਦੇ ਵਿੱਚ ਇਹਨਾਂ ਦਾ ਬਹੁਤ ਗਲਪਾ ਬਹੁਤ ਇਹਨਾਂ ਦਾ ਪੈਂਠਾ ਬਹੁਤ ਇਹਨਾਂ ਦਾ ਅੱਛਾ ਦਬਾਅ ਹੈ ਐਗਜ਼ੈਕਟਲੀ ਹੈ ਕਿਉਂਕਿ ਹਰ ਪਾਰਟੀ ਨਾ ਆਪਣੇ ਤਰੀਕੇ ਨਾਲ ਆਪਣੇ ਵੋਟ ਬੈਂਕ ਨੂੰ ਵੋਟਾਂ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦੀ ਆਪਣੇ ਨੈਰੇਟਿਵ ਨੂੰ ਵੋਟਾਂ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦੀ ਹੈ ਔਰ ਇਸ ਵਕਤ ਸੀਏ ਨੂੰ ਲੈ ਕੇ ਸਭ ਤੋਂ ਜ਼ਿਆਦਾ ਡਿਸਕਸ਼ਨਸ ਬਣੀਆਂ ਹੋਈਆਂ ਨੇ ਕਿ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਔਰ ਐਨ ਪਹਿਲਾ ਇਲੈਕਸ਼ਨਸ ਤੇ ਜਦੋਂ ਕਿ ਚੋਣ ਜ਼ਾਬਤਾ ਲੱਗਣ ਵਾਲਾ ਹੈ ਇਹ ਬਿੱਲ ਲਿਆਉਣ ਦੀ ਕੀ ਲੋੜ ਪਈ ਸੀ ਕਈ ਲੋਕ ਇਹਦੇ ਪਿੱਛੇ ਸਿਆਸਤ ਦੇਖ ਰਹੇ ਨੇ ਵੀ ਐਕਸਪਰਟਸ ਇਹ ਕਹਿ ਰਹੇ ਨੇ ਕਿ ਜਿਸ ਨਾਲ ਭਾਜਪਾ ਦੀਆਂ ਨੀਤੀਆਂ ਰਹੀਆਂ ਨੇ ਪੋਲਰਾਈਜੇਸ਼ਨ ਦੀਆਂ ਹਿੰਦੂ ਮੁਸਲਿਮ ਕਰਨ ਦੀਆਂ ਉਸ ਤਰ੍ਹਾਂ ਜੇ ਦੇਖਿਆ ਜਾਵੇ ਤੇ CAA ਲਿਆਉਣ ਦੇ ਵਿੱਚ ਛ ਜੋ ਪਿੱਛੇ ਸੋਚੇ ਰਹੀ ਹੋਏਗੀ ਕਿ ਇਹਦੇ ਨਾਲ ਮੁਸਲਿਮ ਸਮਾਜ ਵਿੱਚੋਂ ਕਈ ਲੋਕ ਪੜਕਣਗੇ ਹਾਂ ਔਰ ਉਸ ਸੜਕਾਂ ਤੇ ਉਤਰਣਗੇ ਮਾਹੌਲ ਖਰਾਬ ਹੋਏਗਾ ਤਾਂ BJP ਨੂੰ ਇੱਕ ਮੌਕਾ ਮਿਲੇਗਾ ਪੋਲਰਾਈਜੇਸ਼ਨ ਕਰਨ ਦਾ ਪਰ ਰਮਜ਼ਾਨ ਦਾ ਮਹੀਨਾ ਚੱਲਦਾ ਪਿਆ ਹੈ ਔਰ ਇਸ ਮਹੀਨੇ ਦੇ ਵਿੱਚ ਉਹ ਰਿਐਕਸ਼ਨ ਨਹੀਂ ਮਿਲੀ ਮੁਸਲਿਮ ਸਮਾਜ ਦੇ ਕਈ ਲੋਕਾਂ ਵੱਲੋਂ ਜੋ ਇਹਨਾਂ ਨੂੰ ਉਮੀਦ ਸੀ ਇਸ ਕਰਕੇ ਇਹ ਜੋ ਇਹਨਾਂ ਨੇ ਗੇਮ ਖੇਡਣੀ ਚਾਹੀ ਸੀ ਇਹ ਗੇਮ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ ਇਸ ਕਰਕੇ ਹੁਣ ਕੋਈ ਹੋਰ ਕੀ ਗੇਮ ਹੋ ਸਕਦੀ ਹੈ ਸੋਨ ਜਾਪਤਾ ਲੱਕਣ ਤੋਂ ਪਹਿਲਾਂ ਉਹ ਦੇਖਣ ਵਾਲੀ ਗੱਲ ਹੋਏਗੀ ਇਹ ਵੀ ਐਕਸਪਰਟਸ ਮੰਨਦੇ ਨੇ ਔਰ ਕਈ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਹੋ ਸਕਦਾ ਹੈ ਇਲੈਕਸ਼ਨਸ ਨੂੰ ਥੋੜੇ ਸਮੇਂ ਵਿਤੇ ਟਾਲ ਦਿੱਤਾ ਜਾਵੇ ਅੱਗੇ ਵਧਾ ਦਿੱਤਾ ਜਾਵੇ ਇਹ ਵੀ ਗੱਲ ਕਹਿ ਰਹੇ ਨੇ ਪਰ ਉਹ ਅਨ ਕਨਸਟੀਟਿਊਸ਼ਨਲ ਹੋਏਗਾ ਉਹ ਕੀਤਾ ਨਹੀਂ ਜਾ ਸਕਦਾ ਹੁਣ ਜੇ ਉਹ ਕਰਦੇ ਨੇ ਤਾਂ ਉਹਦਾ ਆਧਾਰ ਕੀ ਹੋਏਗਾ ਇਹ ਨਹੀਂ ਪਤਾ ਔਰ ਇੱਕ ਕੋਵਿੰਦ ਰਾਮ ਜੀ ਨੇ ਜੋ ਨਵੀਂ ਰਿਪੋਰਟ ਦਿੱਤੀ ਹੈ ਉਹ ਇੱਕ ਤਰ੍ਹਾਂ ਦੀ ਰਿਪੋਰਟ ਹੈ ਉਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਇਸ ਤਰ੍ਹਾਂ ਜੋ ਹੈ ਅਗਰ ਪ੍ਰੈਕਟਿਸ ਕੀਤੀ ਜਾਂਦੀ ਹੈ ਭਾਰਤ ਦੇ ਵਿੱਚ ਤਾਂ ਲੋਕਤਾਂਤ੍ਰਿਕ ਨਹੀਂ ਹੋਏਗੀ ਕਿਉਂਕਿ ਵਿਧਾਨ ਸਭਾ ਨੇ ਰਾਜ ਸਭਾ ਹੈ ਹੈ ਨਾ ਲੋਕ ਸਭਾ ਦੇ ਚੋਣ ਨੇ ਇਹ ਸਾਰਾ ਕੁਝ ਜਿਹੜਾ ਹੈ ਇਹ ਮੌਕੇ ਦੇ ਮੁਤਾਬਕ ਸਮੇਂ ਦੇ ਮੁਤਾਬਕ ਹੁੰਦਾ ਹੈ ਇਹਨੂੰ ਇੱਕ ਡਿਜ਼ਾਈਨ ਵਿੱਚ ਨਹੀਂ ਬੰਨਿਆ ਜਾ ਸਕਦਾ ਕਿਉਂਕਿ ਹਰ ਸੂਬੇ ਦੀਆਂ ਲੋੜਾਂ ਵੱਖਰੀਆਂ ਨੇ ਹਰ ਸਮੇਂ ਦੀਆਂ ਲੋੜਾਂ ਵੱਖਰੀਆਂ ਨੇ ਉਹਦੇ ਮੁਤਾਬਕ ਹੀ ਦੇਖ ਕੇ ਫੈਸਲਾ ਕੀਤਾ ਜਾਂਦਾ ਵੈਸੇ ਇੱਕ ਗੱਲ ਇੱਥੇ ਪਤਾ ਕੀ ਹੈ ਜਦੋਂ ਕਿ ਇਹ ਕਦੋਂ ਦਾ ਹੈਗਾ 2019 ਤੋਂ ਇਹ ਪਾਸ ਹੋ ਗਿਆ ਸੀਗਾ ਸਾਰਾ ਬਿੱਲ ਬਹੁਤ ਕਿਹੜਾ ਸੀ ਇਹ 2019 ਦੇ ਵਿੱਚ ਇਹਨਾਂ ਨੇ ਪਹਿਲਾਂ ਲੋਕ ਸਭਾ ਰਾਜ ਸਭਾ ਫਿਰ ਪ੍ਰੈਜ਼ੀਡੈਂਟ ਕੋ ਸਾਈਨ ਹੋ ਗਿਆ ਸਾਰਾ ਕੁਝ ਗਿਆ ਪਰ ਉਹਦੀ ਇੰਪਲੀਮੈਂਟੇਸ਼ਨ ਹੋਈ ਨਹੀਂ ਨੋਟੀਫਿਕੇਸ਼ਨ ਹੋਈ ਨਹੀਂ ਐਨ ਮੌਕੇ ਤੇ ਜਦੋਂ ਤੁਸੀਂ ਕਿਹਾ ਜਦੋਂ ਆ ਨਾ ਵੀ ਲੋਹਾ ਗਰਮ ਹੁੰਦਾ ਉਦੋਂ ਛੱਟ ਲੱਗੀ ਹੁਣ ਸ਼ੇਪ ਆ ਜਣੀ ਇਹਦੀ ਜਦੋਂ ਆਪਣਾ ਲੋਹਾਰ ਪੱਠੀ ਗਰਮ ਕਰਦਾ ਉਹਦੇ ਵਿੱਚ ਲੋਹਾ ਰੱਖਦਾ ਜਿਹਦੇ ਚੋਂ ਰੰਬਾ ਬਣਾਉਣਾ ਤੋਂ ਜੋ ਆਮ ਲੋਹਾ ਹੁੰਦਾ ਜਦੋਂ ਉੱਥੇ ਵਿਦਾਨ ਤੇ ਸੱਟ ਮਾਰ ਕੇ ਉਹਨੂੰ ਮੋਲਡਿੰਗ ਕਰਕੇ ਉਹਨੂੰ ਪਤਾ ਰੰਬੇ ਦੀ ਸ਼ੇਪ ਵਿੱਚ ਲੈ ਜਾਂਦਾ ਇਹ ਸਿਰਫ ਉਹੀ ਗੱਲ ਹੈਗੀ ਔਰ ਇਹਦੇ ਵਿੱਚ ਜਿਸ ਤਰ੍ਹਾਂ ਸੀਏ ਸੀਏ ਜਿਹੜਾ ਕਾਨੂੰਨ ਇਹਨਾਂ ਨੇ ਬਣਾਇਆ ਉਹਦੇ ਵਿੱਚ ਇਹ ਪਹਿਲਾ ਕਾਨੂੰਨ ਹੈ ਜਿਹੜਾ ਧਰਮ ਦੇ ਆਧਾਰ ਤੇ ਹੈਗਾ ਬੀਜਪੀ ਵੱਲੋਂ ਬਣਾਇਆਗਾ ਨਹੀਂ ਤੇ ਨਹੀਂ ਹੋਇਆ 1947 ਤੱਕ ਐਸਾ ਕਾਨੂੰਨ ਨਹੀਂਗਾ ਜਿੱਚ ਇੱਕ ਕਮਿਊਨਿਟੀ ਨੂੰ ਮੁਸਲਮਾਨ ਕਮਿਊਨਿਟੀ ਨੂੰ ਬਾਹਰ ਰੱਖਿਆ ਗਿਆ ਬਾਕੀ ਕਮਿਊਨਿਟੀ ਅੰਦਰ ਲੈ ਲੈਂਦੇ ਆ ਉਹ ਵੀ ਵਿਚਾਰੇ ਸ਼ਰਨਾਰਥੀ ਆਏ ਹੀ ਆ ਉਹ ਵੀ ਦੇਸ਼ ਦੇ ਨਾਗਰਿਕ ਹੀ ਹੈਗਾ ਕਿਸੇ ਇਹ ਸਿੱਖ ਧਰਮਸਾਈ ਬੋਧੀ ਜੈਨ ਵੀ ਆਰ ਦਾ ਆਲ ਪੀਪਲ ਆਫ ਇੰਡੀਆ ਸਿਟੀਜ਼ਨ ਆਫ ਇੰਡੀਆ ਗੈਰ ਕਾਨੂੰਨੀ ਜਿਹੜਾ ਪ੍ਰਵਾਸ ਹੈ ਨਾ ਵੱਖ-ਵੱਖ ਦੇਸ਼ਾਂ ਤੋਂ ਇਹ ਉਹਦੇ ਬਾਰੇ ਹੈ ਕਿ ਜਿਹੜਾ ਗੈਰ ਕਾਨੂੰਨੀ ਪ੍ਰਵਾਸ ਹੈ ਔਰ ਉਹ ਇੱਥੇ ਆ ਕੇ ਵਸਣ ਗਏ ਉਹਨਾਂ ਨੂੰ ਸਿਟੀਜ਼ਨਸ਼ਿਪ ਦਿਓਗੇ ਫਿਰ ਉਹਨਾਂ ਨੂੰ ਨੌਕਰੀਆਂ ਵੀ ਦਿਓਗੇ ਤੇ ਜਿਹੜੇ ਇੱਥੇ ਗਰੀਬ ਬੈਠੇ ਨੇ ਇੱਥੇ ਬੇਰੋਜ਼ਗਾਰ ਬੈਠੇ ਨੇ ਉਹਨਾਂ ਦਾ ਕੀ ਬਣੂਗਾ ਕੋਈ ਸ਼੍ਰੀਲੰਕਾ ਤੋਂ ਆ ਰਿਹਾ ਕੋਈ ਮੈਨਾਰ ਤੋਂ ਆ ਰਿਹਾ ਕੋਈ ਬੰਗਲਾਦੇਸ਼ ਤੋਂ ਕੋਈ ਨੇਪਾਲ ਤੋਂ ਇੱਕ ਮਤ ਸੀ ਮਤਲਬ ਇੱਥੇ ਕੈਂਪ ਲਗਾ ਦਿੱਤਾ ਹੈ ਸ਼ਰਨਾਰਥੀਆਂ ਵਾਸਤੇ ਇੱਥੋਂ ਤੱਕ ਵੀ ਵਿਰੋਧੀ ਤੇਰਾ ਕਹਿੰਦੀਆਂ ਪਈਆਂ ਨੇ ਨਾਲੇ ਇਸ ਪਾਸੇ ਪੋਪੂਲੇ ਵੈਲੇ ਨੰਬਰ ਦਿੱਤੇ ਸੀ ਅਗੇ ਜੰਸਨ ਸਾਡੇ ਦੇ ਹਾਜ ਨਾਲ ਸਾਡੇ ਕੋਲ ਸਰਸਿਸ ਨਹੀਂ ਤੇ 80 ਕਰੋੜ ਤੋਂ ਥੱਲੇ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਨੂੰ ਤੁਸੀਂ ਮੁਫਤ اناਜ ਦਿੰਦੇ ਪਏ ਹੋ ਉਹਨਾਂ ਦੇ ਵਸਾਣ ਵਾਸਤੇ ਘਰ ਕਿੱਥੋਂ ਆਣਗੇ ਸਾਡੇ ਘਰਾਂ ਦੇ ਬਾਹਰ ਮਤਲਬ ਝੋਪੜ ਪੱਟੀ ਬਣਾ ਦਿੱਤੀ ਜਾਏ ਕਿੱਥੇ ਰੱਖੋਗੇ ਉਹਨਾਂ ਨੂੰ ਤੇ ਉਹਨਾਂ ਦੀ ਖੁਰਾਕ ਦਾ ਇੰਤਜ਼ਾਮ ਕੌਣ ਕਰੇਗਾ ਵੈਸੇ 1972 ਚ ਇੰਦਰਾ ਗਾਂਧੀ ਜੀ ਜਦੋਂ ਪ੍ਰਧਾਨ ਮੰਤਰੀ ਉਹਨਾਂ ਵੀ ਇਹੀ ਖੇਡ ਖੇਡੀ ਸੀ ਉਹਨਾਂ ਵੀ ਜਿਹੜੇ ਬੰਗਲਾਦੇਸ਼ ਤੋਂ ਆਏ ਸੀ ਜਦੋਂ ਬੰਗਲਾਦੇਸ਼ ਨੇ ਇੱਕ ਨਵਾਂ ਦੇਸ਼ ਦਾ ਅਹੁਦਾ ਤੇ اختیار ਕਰ ਲਿਆ ਸੀ ਆਪਣੀ ਲੜਾਈ ਵੀ ਹੋਈ ਸੀ ਉਹਨਾਂ ਪਾਕਿਸਤਾਨ ਨਾਲ ਔਰ 1971 ਜੋ ਉਸ ਤੋਂ ਬਾਅਦ ਇਹਨਾਂ ਨੇ ਉਹ ਸਾਰੇ ਸ਼ਰਨਾਰਥੀ ਇੱਥੇ ਆਏ ਸੀਗੇ ਮੁਕਤੀ ਬਾਹਾਨੀ ਤੇ ਬਾਕੀ ਉਹਨਾਂ ਨੂੰ ਸਾਰਿਆਂ ਨੂੰ ਸਿਟੀਜ਼ਨ ਬਣਾ ਦਿੱਤਾ ਉਹ ਅਜੇ ਰਹਿ ਰਹੇ ਇਥੇ ਇਹ ਔਰ ਇਹਨਾਂ ਨੇ ਜਿਹੜੀ ਅਸਲ ਵਿੱਚ ਮੌਜੂਦਾ ਸਰਕਾਰ ਇਹਨਾਂ ਨੇ ਬੰਗਾਲ ਦੇ ਵਿੱਚੋਂ ਸਾਰੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇ ਕੇ ਵੋਟਾਂ ਹਾਸਲ ਕੀਤੀਆਂ ਵੋਟ ਬੈਂਕ ਤੁਸੀਂ ਕ੍ਰੀਏਟ ਕਰਦੇ ਪਏ ਹੋ ਪਰ ਇਹਦੇ ਨਾਲ ਜੇ ਕ੍ਰਾਈਮ ਰੇਟ ਵੱਧ ਗਿਆ ਬਦੂਗਾ ਕੇ ਵੱਧਦਾ ਹੀ ਹੈ ਤੇ ਉਹ ਕਿੱਥੇ ਜਾਇਆ ਹੈ ਸਭ ਕੁਝ ਤੁਸੀਂ ਆਪਣੀ ਗੱਲ ਕਰ ਲਓ ਪੰਜਾਬ ਵਿੱਚ ਕੀ ਕੁਝ ਹੋਇਆ ਪੰਜਾਬ ਵਿੱਚ ਪਹਿਲਾਂ ਇਹਨਾਂ ਕ੍ਰਿਮੀਨਲ ਗੈਂਗਸ ਦਾ ਕੰਮ ਨਹੀਂ ਸੀ ਹੁਣ ਹੋ ਰਿਹਾ ਕਿਉਂਕਿ ਇੱਥੇ ਮਾਈਗਰੇਟਰੀ ਲੇਬਰ ਆ ਗਈ ਬੜਾ ਕੁਝ ਹੋ ਰਿਹਾ ਪਰ ਇਹ ਸਾਰਾ ਕੁਝ ਕਿਉਂ ਕਿ ਕੱਲੇ ਨੇਪਾਲੀ ਹੁੰਦੇ ਸੀ ਨੇਪਾਲ ਤੋਂ ਮੁੰਡੇ ਕੁੜੀਆਂ ਇੱਥੇ ਕੰਮ ਕਰਦੇ ਸੀ ਹੁਣ ਬਿਹਾਰ ਵੀ ਆ ਯੂਪੀ ਵੀ ਆ ਸਾਰੇ ਹੈ ਤਾਂ ਸਾਡੇ ਆਪਣੀ ਦੇਸ਼ ਦੇ ਆ ਪਰ ਜਦੋਂ ਦੂਜੇ ਸੂਬੇ ਚ ਜਾਓਗੇ ਉਥੋਂ ਦਾ ਕਲਚਰ ਉਥੋਂ ਦਾ ਰਹਿਣ ਸਹਿਣ ਤੁਸੀਂ ਉਥੋਂ ਦੇ ਜਿਹੜੇ ਆਪਣੇ ਸਾਰੇ ਸੂਬੇ ਨੂੰ ਆ ਆਪਣੀ ਜਾਇਦਾਦ ਬਣਾਉਣ ਦਾ ਉਥੋਂ ਦਾ ਰਤਬਾ ਲਾoge ਉਥੇ ਥਾਂ ਖਰੀਦੋਗੇ ਘਰ ਬਣਾਓਗੇ ਸਾਰਾ ਕੁਝ ਕਰੋਗੇ ਕਈ ਤਰ੍ਹਾਂ ਦੀ ਇੱਥੇ ਲੜਾਈਆਂ ਵੀ ਹੋਈਆਂ ਕਈ ਤਰ੍ਹਾਂ ਦੇ ਇੱਥੇ ਮਾਰਮਲ ਪਟਾਈ ਵੀ ਹੋਈ ਹੈ ਔਰ ਇਹੀ ਹਾਲ ਸਾਡੇ ਦੇਸ਼ ਵਿੱਚ ਬिखर ਜਾਂਦਾ ਕਿ ਜਿੱਥੇ ਇੱਥੇ ਪਹਿਲ ਮੂਲਵਾਸੀ ਜਿਹੜੇ ਰਹਿ ਰਹੇ ਉਹਨਾਂ ਨੂੰ ਤਾਂ ਰਹਿਣ ਦਿਓ ਦੂਜੇ ਜਿਹੜੇ ਬੰਦੇ ਉਹਨਾਂ ਨੂੰ ਬਾਅਦ ਚ ਲਿਆਓ ਜੇ ਕਿ ਉੱਥੇ ਜਗ੍ਹਾ ਹੈਗੀ ਆ ਹਣ 370 ਦਾ ਆਰਟੀਕਲ ਜਿਹੜਾ ਇਹ ਸੀਗਾ ਕਿ ਜਿਹੜਾ ਇਹਨਾਂ ਨੇ ਭਾਜਪਾ ਨੇ ਕਿਹਾ ਸੀਗਾ ਕਿ ਇੱਥੇ ਜਗਾ ਖਰੀਦ ਸਕਦੇ ਤੇ ਕੰਪਨੀਆਂ ਲਾ ਸਕਦੇ ਆ ਹੁਣ ਜਿਹੜਾ ਇਹਨਾਂ ਨੇ ਰੱਦ ਕਰ ਦਿੱਤਾ 370 ਉਹ ਬੜੀ ਵਧੀਆ ਗੱਲ ਕੀਤੀ ਆ ਕਿਉਂਕਿ ਉਹ ਵੀ ਕ੍ਰੈਡਿਟ ਇਹਨੂੰ ਭਾਜਪਾ ਨੂੰ ਜਾ ਰਿਹਾ ਪਰ ਇੱਕ ਪਾਸੇ ਤੇ ਇਹ ਰੱਦ ਕਰਦੇ ਆ ਦੂਜੇ ਪਾਸੇ ਫੇਰ ਵੜੀ ਜਾਂਦੇ ਆ ਇਹ ਗੱਲ ਤਾਂ ਉਹ ਹੀ ਆ ਨਾ ਕਿ ਦੋਵੇਂ ਤਕਰੀ ਦੇ ਛਾਬਿਆਂ ਨੂੰ ਬਰਾਬਰ ਨੀ ਕਰਨਾ ਚਾਹੀਦਾ ਨੀਵਾ ਤੋਂ ਉੱਚਾ ਨਹੀਂ ਰੱਖਣਾ ਚਾਹੀਦਾ ਐਗਜੈਕਟਲੀ ਔਰ ਉਹ ਤਾਂ ਅਸੀਂ ਦੇਖਦੇ ਆ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤੇ ਨੇ ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਭਈਆਂ ਨੇ ਜੀ ਇਲੈਕਸ਼ਨਸ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਕਿਉਂਕਿ ਬੀਜੇਪੀ ਕੌਨਫੀਡੈਂਟ ਨਹੀਂ ਹੈ ਕਿ ਉਹਤੇ ਜਿੱਤ ਸਕਦੀ ਹੈ ਇਸ ਕਰਕੇ ਇਲੈਕਸ਼ਨਸ ਨਹੀਂ ਹੋ ਰਹੀਆਂ ਇਹ ਵੀ ਵਿਰੋਧੀ ਧਿਰ ਕਹਿੰਦੀ ਆ ਪਈਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਔਰ ਕਾਂਗਰਸ ਸਭ ਤੋਂ ਵੱਡੀ ਵਿਰੋਧੀ ਪਾਰਟੀ ਔਰ ਉਹ ਕਹਿ ਰਹੀ ਹੈ ਕਿ ਅਸੀਂ ਅਗਰ ਸੱਤਾ ਚਾਹੁੰਨੇ ਆ ਤਾਂ ਸੀਏਏ ਬਿਲ ਨੂੰ ਅਸੀਂ ਮੰਨਤਾ ਨਹੀਂ ਦੇਵਾਂਗੇ ਇਹਨੂੰ ਕੈਨਸਲ ਕਰਕੇ ਹਟਾ ਦੇਵਾਂਗੇ ਦੂਜੀ ਗੱਲ ਉਹ ਕਹਿ ਰਹੀ ਹੈ ਕਿ ਔਰਤਾਂ ਲਈ ਸਾਲਾਨਾ 1 ਲੱਖ ਰੁਪਏ ਤੇ ਨੌਕਰੀਆਂ ਚ ਰਾਖਵਾਕਰਨ ਕਰਾਂਗੇ ਤੇ ਹੋਰ ਕਹਿ ਰਹੀ ਹੈ ਕਿ ਜੋ ਇੰਡੀਆ ਗੱਠਜੋੜ ਅੱਗੇ ਆਉਂਦਾ ਉਹ ਕਿਸਾਨਾਂ ਦੀ ਆਵਾਜ਼ ਬਣੇਗਾ ਯਾਨੀ ਕਿ ਤਿੰਨ ਚੀਜ਼ਾਂ ਉਹ ਕਹਿ ਰਹੇ ਨੇ ਇਸ ਵਕਤ ਸੀਏਏ ਨੂੰ ਹਟਾ ਦੇਵਾਂਗੇ ਔਰਤਾਂ ਨੂੰ ਰਾਖਵਾਕਰਨ ਦਵਾਂਗੇ ਤਾਂ 1 ਲੱਖ ਰੁਪਈਆ ਉਹਨਾਂ ਨੂੰ ਸਾਲਾਨਾ ਦਵਾਂਗੇ ਜਿਹੜਾ ਜਿਵੇਂ ਪੰਜਾਬ ਗਵਰਨਮੈਂਟ ਕਹਿੰਦੀ 1000 ਰੁਪਈਆ ਮਹੀਨਾ ਦਵਾਂਗੇ ਉਹ 1 ਲੱਖ ਰੁਪਈਆ ਸਾਲਾਨਾ ਦੇਣਗੇ ਤੇ ਕਿਸਾਨਾਂ ਦੀ ਆਵਾਜ਼ ਕਿਸਾਨਾਂ ਦੇ ਪ੍ਰਤੀ ਜੋ ਪੱਕ ਪੱਤੀ ਰਵਈਆ ਉਹ ਹਟਾ ਕੇ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਵਾਂਗੇ ਇਹ ਤਿੰਨ ਫਰੰਟਸ ਦੇ ਉੱਤੇ ਖੇਡ ਰਹੀ ਹੈ ਇਸ ਵਕਤ ਬੱਸ ਇਹ ਗੱਲ ਹੋ ਗਈ ਹੈ ਪਤਾ ਜਦੋਂ ਇਹਨਾਂ ਨੇ ਕਹਿਤਾ ਕਿ ਕਾ ਉਹ ਮਨ ਜਿਹੜਾ ਔਰਤਾਂ ਦਾ ਜਿਹੜਾ ਹੈ ਰਤਬਾ ਜਾਂ ਇਹਨਾਂ ਦਾ ਰਾਈਟਸ ਨੂੰ ਕਹਿੰਦੇ ਸੀ ਮੁਕੰਮਲ ਕਰਾਂਗੇ 33% ਇਹਨਾਂ ਨੇ ਰਿਜ਼ਰਵੇਸ਼ਨ ਦਿੱਤੀ ਔਰਤਾਂ ਨੂੰ ਪਰ ਉਹਦਾ ਇੰਪਲੀਮੈਂਟੇਸ਼ਨ ਹੋਈ ਨਹੀਂ ਨੋਟੀਫਿਕੇਸ਼ਨ ਹੋਇਆ ਹੀ ਨਹੀਂ ਇਹਨਾਂ ਨੇ ਹੁਣ ਕਹਿਤਾ ਰਾਲ ਗਾਂਧੀ ਜੀ ਨੇ ਕਿ ਅਸੀਂ ਇਹਨੂੰ ਪੂਰਾ ਕਰਾਂਗੇ ਜਨਗਣਨਾ ਜਿਹੜੀ ਹੈਗੀ ਉਹਨੂੰ ਅਸੀਂ 20 ਨਾਲ ਲਾਵਾਂਗੇ ਔਰ ਉਹਦੇ ਵਿੱਚ ਜਿੱਥੇ ਹੈਗਾ ਇੱਕ ਔਰਤ ਜਿਹੜੀ ਗਰੀਬ ਔਰਤ ਹੈਗੀ ਉਹਨਾਂ ਨੂੰ ਅਸੀਂ ਸਾਲਾਨਾ 1 ਲੱਖ ਰੁਪਈਆ ਦੇਵਾਂਗੇ ਉਹਨਾਂ ਨੂੰ ਬਕਾਇਦਾ ਤੌਰ ਤੇ ਗਰੀਬੀ ਦੂਰ ਕਰਨ ਦੀ ਇਹ ਰਾਹਤ ਹੈਗੀ ਬਾਕੀਆਂ ਨੂੰ ਨਹੀਂ ਜਿਹੜੀਆਂ ਵੂਮਨ ਗਰੀਬ 50% ਦੇ ਉਹਨਾਂ ਨੂੰ ਅਸੀਂ ਰਿਜ਼ਰਵੇਸ਼ਨ ਕੋਟਾ ਲਾਉਂਗੇ ਓਨਲੀ ਫਾਰ ਵੂਮਨ ਚਲੋ ਗੱਲ ਕੁਛ ਨਾ ਕੁਛ ਕਿਸੇ ਪਾਸੇ ਸਿਰੇ ਤੇ ਲੱਗਦੀ ਗੱਲ ਜਿਹੜੀ ਹੈਗੀ ਜਿਹੜਾ ਇਹਨਾਂ ਨੇ ਬਸਾਰੀ ਗੱਲ ਜਿਹੜੀ ਨਾ ਇਸ ਗੱਲ ਤੋਂ ਦੂਰ ਹੋ ਗਈ ਹੈ ਬੀਜੇਪੀ ਉਹਨਾਂ ਨੇ ਕਹਤਾ ਅਸੀਂ ਇਹਨੂੰ ਪੂਰੀ ਕਰਾਂਗੇ ਔਰ ਹੋ ਸਕਦਾ ਇਲੈਕਸ਼ਨ ਕਰਕੇ ਵੀ ਥੋੜਾ ਬਹੁਤ ਇਹਨਾਂ ਨੂੰ ਲਾਲਚ ਜਾਂ ਲੋਕਾਂ ਦੇ ਲਈ ਹਮਾਇਤ ਦੇਣੀ ਪੈਂਦੀ ਆ ਜੋ ਇਹਨਾਂ ਨੇ ਕਿਹਾ ਉਹ ਖੜਕੇ ਸਾਹਮਣੇ ਅਨਾਉਂਸ ਕਰ ਦਿੱਤਾ ਕਿ ਜਿਹੜੇ ਜਿਹੜੇ ਇਲਾਕੇ ਪਛੜੇ ਨੇ ਜਿੱਥੇ ਯੂਥ ਵਿਚਾਰੇ ਬੇਰੁਜ਼ਗਾਰ ਨੇ ਜਿੱਥੇ ਗਰੀਬੀ ਜ਼ਿਆਦਾ ਹੈਗੀ ਆ ਔਰ ਅਸੀਂ ਉੱਥੇ ਉਸ ਲੋਕਾਂ ਦੇ ਕੌਣ ਛਣ ਕਰਕੇ ਉਹਨਾਂ ਦੀ ਗਿਣਤੀ ਕਰਕੇ ਅਸੀਂ ਉੱਥੇ ਕੁਝ ਤਾਂ ਕੁਝ ਜਿੰਨਾ ਹੋਇਆ ਸਾਡੂ ਕੋਲ ਅਸੀਂ ਦਵਾਂਗੇ ਅਨਾਜ ਤਾਂ ਸੈਂਟਰ ਪਹਿਲਾਂ ਦਿੰਦਾ ਹੀ ਆ ਜਿਹੜਾ ਵੀ ਹੈਗਾ ਉਹ ਇਹਨਾਂ ਪਿਰ ਤੋਂ ਕਾਇਮ ਰੱਖਿਆ ਅੱਗੇ ਹੁਣ ਵੀ ਦੇ ਰਿਆ ਜਿਹੜਾ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਅਨਾਜ ਯੋਜਨਾ ਵਿੱਚ ਦੇ ਰਿਆ ਔਰ ਨਾ ਕੌਣ ਲੈ ਜਾਂਦਾ ਸਟੇਟ ਸਟੇਟ ਕਹਿੰਦੇ ਮੈਂ ਦੇ ਰਿਆ ਜਿੱਦਾਂ ਅੱਗੇ ਆਪਾਂ ਗੱਲ ਕੀਤੀ ਆ ਕਿ ਝੋੜੇ ਜਿਹੜੇ ਹੈਗੇ ਬਣਾ ਕੇ ਭਗਵੰਤ ਮਾਨ ਜੀ ਆਪਣੀ ਫੋਟੋ ਲਾ ਕੇ ਉੱਤੇ ਦੇ ਰਿਆ ਬਹੁਤ ਜ਼ਿਆਦਾ ਪੈਸਾ ਦਸੰਬਰ ਤੱਕ ਅਨਾਉਂਸ ਹੋ ਗਿਆ ਸੀ ਕਿ ਜਿਹੜਾ ਸੈਂਟਰ ਦੇ ਦੇਆ ਔਰ ਕੀ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਉਹ ਦੀ ਖਿਚੜੀ ਬਣਾ ਦਿੰਦੇ ਆ ਜਿਹਦੇ ਵਿੱਚ ਸਤਨਾਜਾ ਬਣਾ ਕੇ ਲੋਕਾਂ ਤੱਕ ਨਹੀਂ ਗੱਲ ਪਹੁੰਚਣ ਦਿੰਦੇ ਸੈਂਟਰ ਕਾਫੀ ਕੁਝ ਦੇ ਰਿਹਾ ਪਰ ਇਹਨਾਂ ਦਾ ਬਿਆਨ ਹੋ ਜਾਂਦਾ ਦੇਖੋ ਜੀ ਰੂਰਲ ਫੰਡ ਨਹੀਂ ਆ ਰਿਹਾ ਦੇਖੋ ਜੀ ਸਾਡੇ ਕੋਲ ਬਾਕੀ ਸੜਕਾਂ ਦਾ ਨਹੀਂ ਪੈਸਾ ਆ ਰਿਹਾ ਜੀ ਜਿਹੜਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਉਹਦਾ 1 ਕਰੋੜ ਪਈ ਨਹੀਂ ਆ ਰਿਹਾ ਜਦੋਂ ਕਿ ਉਹ ਤਰ੍ਹਾਂ ਬਕਾਇਦਾ ਤੌਰ ਤੇ ਆਉਂਦਾ ਸੜਕਾਂ ਬਣਦੀਆਂ ਪਰ ਇਹ ਭਲੇ ਮਾਨਸ ਚਲੇਗੇ ਜਦੋਂ ਖੱਡੇ ਪੈ ਜਾਂਦੇ ਆ ਸੜਕਾਂ ਤੇ ਪਾਣੀ ਰੁਕ ਜਾਂਦਾ ਉਹਨੂੰ ਨਹੀਂ ਇਹਨਾਂ ਨੇ ਸਾਹਮਣਾ ਉਹਨੂੰ ਨਹੀਂ ਵੇਖਣਾ ਹੁਣ ਉਹ ਤਾਂ ਨਹੀਂ ਸੈਂਟਰ ਗਵਰਨਮ ਜਰੰਦਰ ਦੀ ਜਿਹੜੀ ਹਦਬਸਤ ਹੈਗੀ ਜਰੰਦਰ ਦਾ ਜਿਹੜਾ ਏਰੀਆ ਉਹਦੇ ਵਿੱਚ ਕਾਫੀ ਕੰਮ ਕਾਰਪੋਰੇਸ਼ਨੇ ਕਰਨਾਂ ਦਾ ਔਰ ਤਕਰੀਬਨ ਜਰੰਦਰ ਦੀਆਂ ਬਹੁਤ ਸੜਕਾਂ ਟੁੱਟੀਆਂ ਪਈਆਂ ਟੋਏ ਪਏ ਆ ਮੀਂਹ ਪੈ ਜਾਂਦਾ ਤੇ ਗੱਡੀਆਂ ਦਾ ਲੰਘਣਾ ਔਖਾ ਜਾਂਦਾ ਗੱਡੀਆਂ ਸਾਡੇ ਕੋ ਸਾਰਿਆਂ ਕੋ ਵੱਡੀਆਂ ਸਾਰਿਆਂ ਕੋ ਬਾਹਰ ਦੀਆਂ ਗਈਆਂ ਤੇ ਸੜਕਾਂ ਸਾਡੇ ਕੋ ਉਹੀ ਨਿੱਕੀਆਂ ਸੌੜੀਆਂ ਨਿੱਕੀਆਂ ਅਸੀਂ ਸੋਚ ਵੱਡੀ ਕਰਦੇ ਪਰ ਜਿੱਥੇ ਅਸੀਂ ਤੋਰਨਾ ਪਹਿਲੀ ਗੱਲ ਤਾਂ ਕਈ ਲੋਕ ਲੈ ਲੈਂਦੇ ਆ ਗੱਡੀ ਵੱਡੀ ਤੇ ਘਰ ਹੁੰਦਾ 5.5 ਮਰਲੇ ਤੇ ਗੱਡੀ ਕਿੱਥੇ ਕਰਾਉਣੀ ਆ ਫਿਰ ਉਧਰ ਖਲਾ ਦੇ ਉਹ ਸੜਕ ਦੇ ਨਾਲ ਲਾ ਦੋ ਉਹਦੇ ਨਾਲ ਲਾੜਾ ਉਹਦੇ ਨਾਲ ਡਾਂਗੋਂ ਡਾਂਗੀ ਉਹ ਪਹਿਲੇ ਚੀਜ਼ ਉਹ ਨਹੀਂ ਲਓ ਜੇ ਤੁਸੀਂ ਕਿਰਾਏ ਤੇ ਰਹਿ ਰਹੇ ਤਾਂ ਤੁਸੀਂ ਸਕੂਟਰ ਲੈ ਲਓ ਮੋਟਰਸਾਈਕਲ ਲੈ ਲਓ 2 ਵੀਲਰ ਲੈ ਲਓ ਗੱਡੀ ਦਾ ਕੀ ਲਓਗੇ ਉਹਦੇ ਵਿੱਚ ਇੱਕ ਵੱਡਾ ਕੁੱਤਾ ਵੀ ਰੱਖਿਆ ਹੁੰਦਾ ਰੱਖਿਆ ਹਾਂ ਔਰ ਫੁੱਲ ਸਾਈਜ਼ ਦਾ ਹੁੰਦਾ ਹੈ ਸਹੀ ਗੱਲ ਜਿਸ ਨੂੰ ਕਿ ਵੱਡਾ ਇਲਾਕਾ ਚਾਹੀਦਾ ਪਜਤ ਦੌੜਨ ਵਾਸਤੇ ਪੰਜ ਮਰਲੇ ਦੇ ਵਿੱਚ ਕੁੱਤਾ ਵੀ ਹੈਗਾ ਆ ਕੁੱਤਾ ਵੀ ਹੈ ਉਹ ਵਿਚਾਰਾ ਉੰਜ ਇਰੀਟੇਟ ਹੋਇਆ ਰਹਿੰਦਾ ਗਲੀ ਵਿੱਚ ਲੰਘਦੇ ਨੂੰ ਵੀ ਭੌਂਕੀ ਜਾਂਦਾ ਮਤਲਬ ਇਹ ਹੈ ਕਿ ਹਾਂ ਕੁਝ ਵੀ ਬੈਲੈਂਸ ਨਹੀਂ ਹੈ ਸੰਤੁਲਨ ਨਹੀਂ ਹੈ ਔਰ ਉਸੇ ਤਰ੍ਹਾਂ ਜ਼ਿੰਦਗੀ ਵੀ ਖਿਲਰੀ ਪਈ ਹੈ ਕੁਝ ਵੀ ਸੰਤੁਲਨ ਨਹੀਂ ਹੈ ਖੈਰ ਕਾਂਗਰਸ ਇਹ ਕਹਿ ਰਹੀ ਹੈ ਕਿ ਰਾਕਮਕਰਨ ਹੋਏਗਾ ਠੀਕ ਹੈ ਜੀ ਪੈਸਾ ਦਵਾਂਗੇ ਪੈਸਾ ਕਿੱਥੋਂ ਆਏਗਾ ਇਹ ਦੱਸੋ ਇਹ ਵੀ ਤੁਹਾਨੂੰ ਕਲੀਅਰ ਕਰਨਾ ਪਏਗਾ ਨਾ ਸੋਰਸਸ ਕਿੱਥੋਂ ਆਣਗੇ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਵੀ 1000 ਰੁਪਏ ਦੇਣਾ ਸੀ ਉਹ 2 ਸਾਲ ਹੋ ਗਏ ਨੇ ਬੀਬੀਆਂ ਸਾਰਾ ਅਕਾਊਂਟ ਖੋਲਵਾ ਕੇ ਬੈਠੀਆਂ ਹੋਈਆਂ ਹਜ ਤੱਕ ਕੁਝ ਨਹੀਂ ਮਿਲਿਆ ਉਹਨਾਂ ਨੂੰ ਹਾਂ ਮਾਝਾ ਦੇ ਗਿਆ ਹਾਂ ਮਾਝਾ 1500 ਰੁਪਏ ਦਿੱਤਾ 1500 ਰੁਪਏ ਉਹ ਵੀ ਫ੍ਰੀ ਬੀਜ਼ ਪੋਲਿਟਿਕਸ ਦਾ ਇੱਥੇ ਪੰਜਾਬ ਖੁਸ਼ਹਾਲ ਹੈ ਜੀ ਪੰਜਾਬ ਦੇ ਸੁਪਨੇ ਸਕਾਰ ਹੈ ਜੀ ਅਸੀਂ ਆ ਕਰਦਾ ਗੋਟਾ ਸਟੇਟ ਆ ਉਹਨਾਂ ਦੇ ਦਿੱਤਾ 1500 ਕੰਮ ਕੀ ਫੜਿਆ ਹੋਇਆ ਫ੍ਰੀ ਬੀਜ਼ ਪੋਲਿਟਿਕਸ ਮਤਲਬ ਬੰਦਾ ਉਧਾਰੇ ਪੈਸੇ ਲੈਓ ਜੀ ਮੈਨੂੰ ਚੰਗਾ ਕਹੋ ਮੈਨੂੰ ਚੰਗਾ ਕਹੋ ਮੈਨੂੰ ਚੰਗਾ ਕਹੋ ਉਹ ਤੂੰ ਤੇ ਉਧਾਰੇ ਫੜੇ ਭਲਿਆ ਲੋਕਾ ਤੇ ਤੂੰ ਚੌਂਕ ਤੇ ਖੜਾ ਹੋ ਕੇ ਲੋਕਾਂ ਨੂੰ ਵੰਡਣ ਦੇ ਆ ਸੜਕ ਦੇ ਉੱਤੇ ਖੜਾ ਹੋ ਕੇ ਤੈਨੂੰ ਸਿਆਣਾ ਕੌਣ ਕਵੇ ਹੁਣ ਗੱਲ ਉਹੀ ਹੋਏ ਕਰਜ਼ੇ ਲੈ ਲੈ ਕੇ ਤੁਸੀਂ ਸਟੇਟ ਚਲਾਉਂਦੇ ਪਏ ਹੋ ਪਰ ਵੋਟ ਬੈਗ ਕਾਇਮ ਰੱਖਣ ਵਾਸਤੇ ਤੁਸੀਂ ਫ੍ਰੀ ਦੀ ਬਿਜਲੀ ਦਿੰਦੇ ਪਏ ਹੋ ਹੁਣ ਫ੍ਰੀ ਦਾ 1000 ਰੁਪਏ ਵੀ ਦੇਣਾ ਪਏ ਕਿੱਥੋਂ ਆਉਣੇ ਨੇ ਟੈਕਸ ਕਿੰਨੇ ਕੁ ਲੈ ਲੋਗੇ ਕਿੰਨਾ ਕੁ ਜਨਤਾ ਨੂੰ ਛਿੱਲ ਲੋਗੇ ਟੈਕਸ ਲੈ ਲੈ ਕੇ ਤੇ ਕਿੰਨਾ ਕਰਜ਼ਾ ਹੋਰ ਚੜਾਉਣਾ ਹੈ ਮਤਲਬ ਇਹ ਪੋਲਿਟਿਕਸ ਦੀਆਂ ਗੇਮਸ ਖੇਡਣੀਆਂ ਇਹ ਇਲੈਕਸ਼ਨਸ ਦੇ ਵਿੱਚ ਜਿੱਤਣ ਦੀਆਂ ਗੇਮ ਖੇਡਣੀਆਂ ਬੰਦ ਕਰ ਦਿਓ ਰੱਬ ਦਾ ਵਾਸਤੇ ਹੁਣ ਤਾਂ ਸਟੇਟ ਬਾਰੇ ਸੋਚ ਲਓ ਕਿ ਆਪਣੀਓ ਪਈ ਹੋਈ ਹੈ ਕਿ ਅਸੀਂ ਕੁਰਸੀ ਦੇ ਉੱਤੇ ਕਾਗਜ਼ ਕਿਵੇਂ ਰਹਿਣਾ ਮਤਲਬ ਐਦਾਂ ਦੀ ਸੋਚਣਾ ਤੁਸੀਂ ਨੇਸ਼ਨ ਚ ਚਲਾਉਂਦੇ ਕੋਈ ਸਟੇਟਸ ਚ ਲਾਉਂਦੇ ਕੋਈ ਪੰਜਾਬ 'ਚ ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਖੋਲੇ ਆ ਆਲਰੇਡੀ ਜਿਹੜੇ ਹੈਗੇ ਆ ਸਿਵਲ ਹਸਪੀਟਲ ਚੱਲ ਰਹੇ ਆ ਉਹਨਾਂ 'ਚ ਤੁਸੀਂ ਡਾਕਟਰ ਜ਼ਿਆਦਾ ਦੇ ਦਿਓ ਉਹਨਾਂ ਦੀਆਂ ਇਮਾਰਤਾਂ ਚੰਗੀਆਂ ਕਰ ਦਿਓ ਸਹੂਲਤਾਂ ਦੇ ਦਿਓ ਨਾ ਕਿ ਵਾਰ-ਵਾਰ ਗਿਣਤੀ ਨੰਬਰ 2 ਜਿਹੜਾ ਹੈਗਾ ਇਹ ਪਹਿਲਾਂ ਅਨਾਉਂਸ ਕੀਤਾ ਸੀ ਇਹਨਾਂ ਨੇ ਕਿ ਮਿੰਟਨ ਸਕਿੰਟਾ ਜਿਹਾ ਸੀ ਨਸ਼ਾ ਜਿਹੜੀ ਇੱਥੇ ਤਸਕਰੀ ਹੋ ਰਹੀ ਹੈ ਜਾਨਾ ਸਿਖਾਰਿਆਂ ਨੂੰ ਬਿਲਕੁਲ ਸਾਫ਼ ਕਰ ਦਾਂਗੇ ਅਜੇ ਤੱਕ ਕੋਈ ਹੈ ਉਹਦੇ ਵਿੱਚੋਂ 10% ਵੀ ਨਸ਼ੇ ਜਿਹੜੇ ਇੱਥੋਂ ਨਹੀਂ ਪਾਬੰਦੀ ਲੱਗੀ ਉਦਾਂ ਦੀ ਗੱਲ ਕੁਝ ਨਹੀਂ ਜਿੱਦਾਂ ਦੀ ਪਬਲਿਸਿਟੀ ਆ ਔਰ ਉਹ ਦੇਖੋ ਹੋਡਿੰਗ ਲੱਗੇ ਹੋਣਗੇ ਥਾਂਾਂ ਤੇ ਉੱਤੇ ਇੱਕੋ ਪੋਜ਼ ਬਣਵਾਏ ਹੋਣੇ ਨਾ ਅੱਛਾਂ ਚ ਹੱਥ ਦੇ ਕੇ ਪੋਜ਼ ਬਣਵਾਏ ਹੋਏ ਨੇ ਪੰਜਾਬ ਵਿੱਚੋਂ ਭ੍ਰਸ਼ਟਾਚਾਰ ਖਤਮ ਕਿੱਥੋਂ ਖਤਮ ਹੋ ਗਿਆ ਪੰਜਾਬ ਦੇ ਇਹ ਕਰਦੇ ਤਾਂ ਕੀ ਕਰ ਦਿੱਤਾ ਜਦੋਂ ਸਾਹਮਣੇ ਲੈ ਕੇ ਆਓ ਨਾ ਬਹਿ ਕੇ ਸਾਹਮਣੇ ਆਮਨ ਸਾਹਮਣੇ ਡਿਬੇਟ ਕਰਦੇ ਤਾਂ ਪਤਾ ਲੱਗੇਗਾ ਅਸੀਂ ਇਹ ਨਹੀਂ ਕਹਿੰਦੇ ਕੰਮ ਨਹੀਂ ਹੋ ਰਿਹਾ ਕੰਮ ਹੋ ਰਿਹਾ ਪਰ ਪ੍ਰਚਾਰ ਤੁਸੀਂ 100% ਕਰਦੇ ਹੋ ਕੰਮ 10% ਹੈ ਪਬਲਿਕ ਜਾਣਦੀ ਹੈ ਪਬਲਿਕ ਨੂੰ ਪਤਾ ਹੈ ਔਰ ਪੈਸਾ ਵੇਸਟ ਹੁੰਦਾ ਹੈ ਪ੍ਰਚਾਰ ਦੇ ਉੱਤੇ ਔਰ ਗੇਜਰੀਵਾਲ ਸਾਹਿਬ ਜੋ ਇਸ ਗੱਲ ਦੀ ਹਮੇਸ਼ਾ ਨਿੰਦਾ ਕਰਦੇ ਨੇ ਕਿ ਪਬਲਿਸਿਟੀ ਨਹੀਂ ਹੁੰਦੀ ਨਹੀਂ ਹੋਣੀ ਚਾਹੀਦੀ ਪੈਸਾ ਵੇਸਟ ਹੁੰਦਾ ਤੇ ਹੁਣ ਕਹਿੰਦੇ ਨੇ ਕਿਉਂ ਨਾ ਕਰੇ ਹਮ ਕੰਮ ਕਰਤੇ ਹਨ ਤੋ ਕਿਉਂ ਨਾ ਕਰੇ ਪਬਲਿਸਿਟੀ ਕਮਾਲ ਹੈ ਯਾਰ ਤੁਹਾਡੀਆਂ ਸਟੇਟਮੈਂਟਸ ਬਦਲ ਜਾਂਦੀਆਂ ਜਦੋਂ ਕੁਰਸੀ ਦੇ ਉੱਤੇ ਨਹੀਂ ਬੈਠੇ ਹੁੰਦੇ ਉਦੋਂ ਸਟੇਟਮੈਂਟਸ ਕੁਝ ਹੋਰ ਨੇ ਜਦੋਂ ਕੁਰਸੀ ਤੇ ਬੈਹਿੰਦੇ ਹੋ ਤੁਹਾਡੇ ਵਿਚਾਰ ਹੀ ਬਦਲ ਜਾਂਦੇ ਨੇ ਤੇ ਸਾਰੇ ਨੇਤਾ ਇਸ ਤਰ੍ਹਾਂ ਦੇ ਆ ਕੇਵਲ ਇਹਨਾਂ ਦਾ ਨਾਮ ਹੀ ਹੈਗਾ ਉਹਦੇ ਚ ਤਕਰੀਬਨ ਜਿੱਥੇ ਵੀ ਚੱਲ ਜਾਓ ਆਪਾਂ ਵੈਸੇ ਅਮਰੀਕਾ ਤੋਂ ਚਲੇ ਸੀ ਆਪਣੀ ਧਰਤੀ ਤੇ ਕਿਉਂਕਿ ਅਸੀਂ ਇਸ ਕਰਕੇ ਆ ਗਏ ਕਿ ਆਮੋ ਸਾਹਮਣੇ ਆ ਇਹਨਾਂ ਨੂੰ ਵੇਂਦੇ ਆ ਔਰ ਸਾਨੂੰ ਸਾਡੇ ਧਿਆਨ ਗੋਚਰੇ ਵੀ ਹੈਗਾ ਔਰ ਅਮਰੀਕਾ ਦਾ ਅਸੀਂ ਪੜਦੇ ਆ ਜਾਂ ਕਿਉਂਕਿ ਜਿਹੜੀ ਆ ਮੈਂਟਲ ਜਿਹੜੀ ਥਿੰਕਿੰਗ ਹੁੰਦੀ ਹੈ ਤਕਰੀਬਨ ਇੱਕੋ ਜਿਹੀ ਹੁੰਦੀ ਆ ਲੈਂਗੁਏਜ ਹੋਰ ਹੋ ਗਈ ਹੱਸਣਾ ਤਾਂ ਉਹੀ ਹੈ ਰੋਣਾ ਉਹੀ ਹੈਗਾ ਸਾਈਕੋਲੋਜੀ ਉਹੀ ਆ ਤੇ ਸੋਚ ਜਿਹਦੀ ਹੁੰਦੀ ਆ ਉਹ ਨਹੀਂ ਹੁੰਦਾ ਸਿਰਫ ਇਹ ਹੈ ਕਿ ਬੀ ਡਾਲਰ ਮਹਿੰਗਾ ਉੱਥੇ ਹੋ ਸਕਦਾ ਵੀ ਉੱਥੇ ਚਲੋ ਸਹੂਲਤਾਂ ਜ਼ਿਆਦਾ ਹੈਗੀਆਂ ਪਰ ਇਹ ਹੈਗਾ ਕਿ ਇੰਡੀਆ ਚ ਵੀ ਬਹੁਤ ਵਧੀਆ ਲੋਕ ਨੇ ਰਹਿਣ ਸਹਿਣ ਬਹੁਤ ਅੱਛਾ ਹੈ ਸਟੈਂਡਰਡ ਨਾਲ ਰਹਿ ਰਹੇ ਆ ਪਰ ਸੋਚ ਜੇ ਕਿਤੇ ਖੋਜੀ ਸੌੜੀ ਆ ਸਿਆਣੇ ਲੋਕ ਇਹ ਕਹਿੰਦੇ ਨੇ ਕਿ ਰਾਜਨੀਤੀ ਇਸ ਵਕਤ ਇੱਕ ਬਿਜ਼ਨਸ ਹੈ ਤੇ ਜਿਹੜੀਆਂ ਵੱਖ-ਵੱਖ ਪੋਲਿਟੀਕਲ ਪਾਰਟੀਆਂ ਨੇ ਉਹ ਵੱਖ-ਵੱਖ ਪੋਲਿਟੀਕਲ ਪਾਰਟੀਆਂ ਨਹੀਂ ਹੈਗੀਆਂ ਉਹ ਬਿਜ਼ਨਸ ਕੰਪਨੀਆਂ ਨੇ ਬਿਲਕੁਲ ਸਹੀ ਕਿੱਥੇ ਕਿੱਥੇ ਇਨਵੈਸਟ ਕਰਕੇ ਕਿੰਨਾ ਕਿੰਨਾ ਪ੍ਰੋਫਿਟ ਹੋ ਸਕਦਾ ਇਹ ਦੇਖਿਆ ਜਾਂਦਾ ਹੈ ਇਹਦੇ ਵਿੱਚ ਕਿਤੇ ਨਾ ਦੇਸ਼ ਆਂਦੇ ਨਾ ਦੇਸ਼ਵਾਸੀ ਆਉਂਦੇ ਨੇ ਗੱਲਾਂ ਦੇ ਵਿੱਚ ਜ਼ਰੂਰ ਦੇਸ਼ ਆਉਂਦਾ ਤੇ ਦੇਸ਼ਵਾਸੀ ਹੁੰਦੇ ਨੇ ਇਹ ਸਿਆਣੇ ਕਹਿੰਦੇ ਮੈਂ ਤੁਹਾਡੀ ਗੱਲ ਇਹ ਹੀ ਗੱਲ ਹੈ ਇਹਨੂੰ ਐਡੀਸ਼ਨ ਨਾਲ ਦਾ ਹੋਰ ਜੋੜਦਾ ਹੁਣ ਜਿਹੜੀ ਹੈ ਸੈਂਟਰ ਦੀ ਗਵਰਨਮੈਂਟ ਕੇਂਦਰ ਦੀ ਅਸਲੇ ਦੇਖੋ ਕਿੱਥੇ ਕਿੱਥੇ ਜਿਹੜੇ ਆ ਇਨਾਉਗਰੇਸ਼ਨ ਹੋਈਆਂ ਇੱਕ ਦੇਖੋ ਲਾਧੋਂਪੁਰ ਦਾ ਹਵਾਈ ਅੱਡਾ ਬਿਲਕੁਲ ਖੂਬਸੂਰਤ ਬਣਾ ਦਿੱਤਾ ਉਹਦੇ ਤੇ ਹਵਾਈ ਯਾਤ ਵੀ ਚੱਲਣਗੇ ਉੱਥੇ ਦੇ ਜਿਹੜੇ ਜਿਹੜੇ ਫਲਾਈਓਵਰ ਪੋਲਾ ਉਹਨਾਂ ਨੂੰ ਵੀ ਕਹਿੰਦੇ ਠੀਕ ਹੋ ਰਿਹਾ ਦੂਜੇ ਪਾਸੇ ਜਰੰਦਰ ਕੈਂਟ ਜਿਹੜਾ ਸੀਗਾ ਰੇਲਵੇ ਦਾ ਉਹਨੂੰ ਬੜਾ ਖੂਬਸੂਰਤ ਬਣਾਇਆ ਉਹਦੇ ਵਿੱਚ ਵੀ ਇਹਨਾਂ ਨੇ ਕਰ ਦਿੱਤਾ ਵਰਚੁਅਲ ਉਦਘਾਟਨ ਹੋ ਰਿਹਾ ਜਿੱਥੇ ਵੀ ਭਜਨ ਣਟਕੇ ਔਰ ਉਹਦੇ ਵਿੱਚ 1 ਲੱਖ ਬੱਚੇ ਨੂੰ ਨੌਕਰੀਆਂ ਵੀ ਦੇਣ ਦਾ ਇਹਨਾਂ ਨੂੰ ਚੇਤਾ ਆ ਗਿਆ ਹੁਣ ਆ ਰਿਹਾ ਹੁਣ ਜੇ ਦੇਖੋ ਸਾਰੇ ਸਫੀਰ ਸਾਰੇ ਖੇਤਰਾ ਵਿੱਚ ਭਜਨਟ ਹੋ ਗਈ ਆ ਕਰ ਦੋ ਉਹ ਕਰ ਦਿਓ ਜਦੋਂ ਕਰਿਆ ਗਿਆ ਥੋੜੇ ਘੜੀਆਂ ਤੇ ਪਲ ਸਰਕਾਰ ਦੇ ਉਹ ਹੈ ਨਾ ਬੁੜੇ ਆਈ ਜਨ ਹਾਂ ਤੇ ਬਿਨਾਂ ਕੁੜੀ ਦੇ ਕੰਨ ਇਹ ਹਿਸਾਬ ਹੈ ਹੁਣ ਕਾਂਗਰਸ ਕਹਿੰਦੀ ਹੈ ਅਸੀਂ 50% ਰਾਖਵਾ ਕਰਨ ਦੇ ਦੇਣਾ ਹੈ ਹਾਂ ਜ਼ਿਆਦਾਤਰ ਤੁਹਾਡਾ ਹੀ ਸ਼ਾਸਨ ਰਿਆ ਹੈ ਭਾਰਤ ਦੇ ਉੱਤੇ ਉਦੋਂ ਕਿਉਂ ਨਹੀਂ ਦਿੱਤਾ ਔਰ ਅੱਜ ਤੁਸੀਂ ਕਹਿ ਰਹੇ ਹੋ ਅਸੀਂ ਕਿਸਾਨਾਂ ਦੀ ਆਵਾਜ਼ ਬਣਾਂਗੇ ਜ਼ਿਆਦਾਤਰ ਤੁਹਾਡਾ ਸ਼ਾਸਨ ਰਿਆ ਹੁਣ ਤੱਕ ਕਿਉਂ ਨਹੀਂ ਆਵਾਜ਼ ਬਣੇ ਤੁਹਾਡੇ ਉੱਤੇ ਵੀ ਤਾਂ ਗੱਲਾਂ ਹੁੰਦੀਆਂ ਨੇ ਨਾ ਮਤਲਬ ਜੇ ਕਿਹਾ ਜਾਵੇ ਭਾਜਪੀ ਦੁੱਧ ਦੀ ਤੋਤੀ ਨਹੀਂ ਹੈ ਤਾਂ ਤੁਹਾਡੇ ਉੱਤੇ ਵੀ ਇਲਜ਼ਾਮ ਹੈ ਕਿ ਤੁਸੀਂ ਵੀ ਦੁੱਧ ਦੇ ਤੋਤੇ ਨਹੀਂ ਹੋ ਇਹ ਮਾਹਿਰ ਕਹਿੰਦੇ ਨੇ ਸਹੀ ਹੈ ਪਤਾ ਨਹੀਂ ਕੋਈ ਵੀ ਸਿਆਸਤ ਦੇ ਵਿੱਚ ਦੁੱਧ ਦਾ ਤੋਤਾ ਨਹੀਂ ਹੈਗਾ ਇਹ ਸਾਰੇ ਕਹਿੰਦੇ ਪਏ ਨੇ ਔਰ ਇਸ ਵਕਤ ਤੁਸੀਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਔਰ ਇਲੈਕਸ਼ਨ ਦਾ ਲਾਹਾ ਲੈਣ ਵਾਸਤੇ ਇਲੈਕਸ਼ਨ ਦੇ ਜਿੱਤਣ ਵਾਸਤੇ ਕੋਈ ਵੀ ਸਟੇਟਮੈਂਟ ਦੇ ਰਹੇ ਹੋ ਕੋਈ ਵੀ ਵਾਦਾ ਕਰਦੇ ਪਏ ਹੋ ਔਰ ਸਭ ਜਾਣਦੇ ਨੇ ਕੁਰਸੀ ਤੇ ਜਦੋਂ ਬਹਿ ਜਾਣਾ ਉਦੋਂ ਇਹ ਸਭ ਮੁੱਕਰ ਜਾਣਾ ਤੁਸੀਂ ਇਹਦਾ ਸਭ ਭੁੱਲ ਜਾਣਾ ਉਦੋਂ ਬਸ ਅਗਣੀਆਂ ਇਲੈਕਸ਼ਨਸ ਕਿਵੇਂ ਜਿੱਤਣੀਆਂ ਨੇ ਉਸ ਵਾਸਤੇ ਕਾਰਵਾਈ ਸ਼ੁਰੂ ਕਰ ਦੇਣੀ ਆ ਹੁਣਾਂ ਲੋਕ ਸਭਾ ਚੋਣਾਂ ਦੇ ਦੌਰਾਨ ਪੈਟਰੋਲ ਸਸਤਾ ਹਾਂ ਦੇਖ ਲਓ ਗੈਸ ਸਸਤੀ ਹਾਂ ਡੀਜ਼ਲ ਸਸਤਾ ਮਤਲਬ ਹੁਣ ਸਸਤਾ ਹੋ ਗਿਆ ਇਹ ਫਰੀਬੀਜ਼ ਪੋਲਿਟਿਕਸ ਸਰ ਕੱਲ ਹੀ ਹੋਇਆ ਅਨਾਉਂਸ ਇਸ ਵੇਸੇ ਜਿਹੜਾ ਨਾ ਹੈਗਾ ਅੰਤਰਰਾਸ਼ਟਰੀ ਤੌਰ ਤੇ ਜੋ ਇਹਨਾਂ ਦਾ ਰੇਟ ਹੈ ਕੱਚੇ ਤੇਲ ਦਾ ਉਹ ਵੈਸੇ ਬਹੁਤ ਥੱਲੇ ਆਇਆ ਪਰ ਇਹਨਾਂ ਨੇ ਕੱਲ 2 ਰੁਪਏ ਪੈਟਰੋਲ 2 ਰੁਪਏ ਜਿਹੜਾ ਹੈਗਾ ਡੀਜ਼ਲ ਉਹ ਥੱਲੇ ਲਿਆਂਦਾ ਔਰ ਇਸ ਤੋਂ ਪਹਿਲਾਂ ਵੀ ਇਹਨਾਂ ਅਨਾਉਂਸ ਕੀਤਾ ਸੀਗਾ ਔਰ ਇਹਦੇ ਵਿੱਚ ਜਿੰਨਾ ਉਂਡ 24% ਜਿਹੜਾ ਥੱਲੇ ਅੰਤਰਰਾਸ਼ਟਰੀ ਤੌਰ ਤੇ ਕੱਚਾ ਤੇਲ ਆ ਗਿਆ ਪਰ ਅਜੇ ਵੀ ਨਾ ਉਸ ਨਹੀਂ ਕੀਤਾ ਨ ਕੁਛ ਵੀ ਪਰ ਰਾਤ ਦਿਨੇ ਨਾ ਫਿਰ ਇੱਕ ਦੋ ਵਾਰ ਹੀ ਕਰਨਗੇ ਔਰ ਉਹਦੇ ਨਾਲ 100 ਰੁਪਿਆ ਇਹਨਾਂ ਨੇ ਜਿਹੜਾ ਗੈਸ ਸਿਲੰਡਰ ਆ ਉਹ ਵੀ ਥੱਲੇ ਕਰ ਦਿੱਤਾ 200 ਰੁਪਿਆ ਪਹਿਲਾਂ ਕੀਤਾ ਸੀ ਇਹਨਾਂ ਨੇ ਔਰ ਇਸ ਹਿਸਾਬ ਨਾਲ ਨੇਪਾਲ ਆ ਕੇ ਪਹਿਲਾਂ 1100 ਰੁਪਏ ਸੀਗਾ ਹੁਣ 800 ਰੁਪਏ ਤੇ ਆ ਗਿਆ ਔਰ 8 ਦਿਨ 11 ਹੋ ਗਏ ਔਰ ਇਹਦੇ ਵਿੱਚ ਜੋ 300 ਰੁਪਏ ਦਿੱਤਾ ਹੁਣ ਦਿੱਤਾ ਪਹਿਲਾਂ ਕਿਉਂ ਨਹੀਂ ਸੀਗਾ ਹੁਣ ਕਿਧਰੋਂ ਆ ਗਿਆ ਸਾਰਾ ਕੁਝ ਹੁਣ ਕਿੱਥੇ ਗੈਸ ਜ਼ਿਆਦਾ ਬਣਨਾ ਪਈ ਔਰ ਉਹਦੇ ਵਿੱਚ ਕਿੱਥੇ ਸਟਾਕ ਚ ਆ ਗਿਆ ਹੈਗ ਨਹੀਂ ਜਿਨਾਂ ਦੇ ਪਿਆਜ਼ ਮੋਗੇ ਚ ਪਿਆਜ਼ ਮਹਿੰਗੇ ਕਰਦੇ ਜੀ ਹੁਣ ਤੇ ਪਿਆਜ਼ ਸਟੋਰ ਚ ਨਹੀਂਗੇ ਮੁੜ ਕੇ ਪਿਆਜ਼ ਆ ਗਏ ਜੀ ਚਲੋ ਜੀ ਹੁਣ ਇਹਨਾਂ ਨੂੰ 15 ਰੁਪਏ ਕਰਦੇ ਪਹਿਨੋਂ 75 ਰੁਪਏ ਆ ਲੋਕ ਕਹਿੰਦੇ ਯਾਰ ਜਿੰਨੂੰ ਘਰ ਜਾਂਦੇ ਜੈ ਨਾ ਪਿਆਜ਼ ਕਿਸੇ ਦੇ ਘਰ ਤੇ ਚਨਨ ਤੁਸੀਂ ਸੇਵ ਨਾ ਲੈ ਕੇ ਜਾਓ ਪਿਆਜ਼ ਹੀ ਲੈ ਕੇ ਜਾਓ ਕਿਉਂਕਿ ਕਟ ਕਟ ਕੰਮ ਤੇ ਆਉਣਗੇ ਤਲਕੇ ਦੇ ਗਿਫਟ ਦੇ ਤੌਰ ਤੇ ਹੈਗੇ ਨਹੀਂ ਉਹ ਇਹ ਹਾਲ ਹੁੰਦਾ ਚੀਜ਼ਾਂ ਤੁਹਾਡੇ ਕੋਲ ਆ ਤੁਹਾਡੇ ਕੋਲ ਸਟੋਰ ਆ ਸਾਰਾ ਕੁਝ ਹੈਗਾ ਜਿਹਦੇ ਵਿੱਚ ਤੁਸੀਂ ਇਹਨੂੰ ਖਾ ਪੀ ਸਕਦੇ ਜੇ ਉਨੀ ਪਾਪੂਲੇਸ਼ਨ ਆ ਜੋ ਤੁਹਾਡੀ ਪੈਦਾਵਾਰ ਹੈ ਪਰ ਇਹਨੂੰ ਸਟਾਕ ਕਰਕੇ ਆਪਣੇ ਜਾ ਕੇ ਸਟੋਰਾਂ ਵਿੱਚ ਜਮਾ ਕਰ ਲੈਂਦੇ ਗੱਲ ਉਹ ਹੁੰਦੀ ਹੈ ਇਹ ਜੇ ਤੁਸੀਂ ਇਨਸਾਨੀਅਤ ਦੇ ਨਾਤੇ ਦੇਖੋ ਨਾ ਇਨਸਾਨੀਅਤ ਦੇ ਨੁਕਤੇ ਨਜ਼ਰ ਨਾਲ ਦੇਖੋ ਇਨਸਾਨੀਅਤ ਦੀ ਨਜ਼ਰ ਨਾਲ ਇਹ ਇਨਸਾਨ ਦੇ ਪੁਆਇੰਟ ਆਫ 뷰 ਨਾਲ ਦੇਖੋ ਇਕ ਗ੍ਰੇਟ ਕਾਮੇਡੀ ਸ਼ੋਅ ਹੈ ਵੈਸੇ ਜਿਹੜਾ ਹੈ ਪੋਲਿਟਿਕਲ ਪਾਰਟੀਆਂ ਨੇ ਜਾਂ ਸਾਰੀਆਂ ਗਤੀਵਿਧੀਆਂ ਨੇ ਇਹ ਬੜਾ ਜ਼ਬਰਦਸਤ ਕਾਮੇਡੀ ਸ਼ੋਅ ਹੈ ਔਰ ਹਾਸਾ ਹੁੰਦਾ ਹੈ ਇਹਨਾਂ ਦੇ ਉੱਤੇ ਇਹ ਕਰਦੇ ਕੀ ਪਏ ਨੇ ਖੈਰ ਅਗਲੀ ਗੱਲ ਕਰੀਏ ਜੀ ਹਾਂ ਆਮ ਆਦਮੀ ਪਾਰਟੀ ਕਿ ਪਿੱਛੇ ਰਵੇ ਉਹਨੇ ਵੀ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ 8 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਇਹ ਵੇਖੋ ਜੀ ਟਾਈਮ ਹੋ ਰਿਹਾ ਉਹਦੇ ਵਿੱਚ ਹੈਗਾ ਕਿ ਇਹ ਜਲਦੀ ਤੋਂ ਜਲਦੀ ਇਹਨਾਂ ਨੇ ਕੀਤਾ ਪੰਜਾਬ ਦੇ ਵਿੱਚ ਇਹਨਾਂ ਦਾ ਰਾਜ ਹੈਗਾ ਹਰ ਦੇ ਵਿੱਚ 8 ਮੀਂਦਵਾਰ ਆਗੇ ਜਿਹਦੇ ਚ 5 ਮੰਤਰੀ ਸਹਬਾਨ ਨੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਤਾਲੀਵਾਲ ਜੀ ਆਗੇ ਮੰਤਰੀ ਰਹੇ ਐਨ ਆਰ ਆਈ ਉਹਦੇ ਵਿੱਚ ਰਹੀ ਐਗਰੀਕਲਚਰ ਵੀ ਰੂਰਲ ਡਿਵੈਲਪਮੈਂਟ ਵੀ ਰਹੀ ਐ ਨਾ ਕੋ ਇਹ ਆਗੇ ਉੱਤੇ ਤਾਂ ਔਰ ਦੂਜੀ ਜਿਹੜੀ ਆ ਜ਼ਿਆਦਾ ਹੋਈ ਆ ਇਹਦੇ ਵਿੱਚ ਜਿਹੜੇ ਹੈਗੇ ਨੇ ਆ ਉਹ ਲਾਲਜੀਤ ਜੀ ਪੁੱਲਰ ਉਹ ਖਰੂਰ ਸਾਹਿਬ ਤੋਂ ਆ ਉਹ ਵੀ ਮੰਤਰੀ ਰਹ ਚੁੱਕੇ ਆ ਹਨਾ ਉਹਦੇ ਵਿੱਚ ਖੁੜੀਆਂ ਸਾਹਿਬ ਉਹ ਵੀ ਰਹੇ ਉਹਨਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਸੀਗਾ ਗਰਮੀਤ ਖੁੜੀਆਂ ਜੀ ਨੇ ਔਰ ਉਹਦੇ ਤੋਂ ਬਾਅਦ ਹੇਅਰ ਮਿਸਟਰ ਹੇਅਰ ਉਹ ਵੀ ਸੰਗਰੂਰ ਤੋਂ ਉਹ ਵੀ ਹਾਂ ਵਾ ਮੀਥੇਰ ਉਹ ਵੀ ਮੰਤਰੀ ਦਾ ਪੰਜ ਮੰਤਰੀ ਇਹਨਾਂ ਦੇ ਹੈਗੇ ਆ ਔਰ ਕਰਮਜੀਤ ਅਨਮੋਲ ਜਿਹੜੇ ਕਮੇਡੀਅਨ ਰਹਾ ਆ ਅੱਛੇ ਗਾਇਕ ਵੀ ਆਗੇ ਇਹਨਾਂ ਦੇ ਮਿੱਤਰ ਆ ਭਗਵੰਤ ਮਾਨ ਜੀ ਦੇ ਬਹੁਤ ক্লোਜ਼ ਮਿੱਤਰ ਨੇ ਉਹਨਾਂ ਦਾ ਪਹਿਲਾਂ ਰੌਲਾ ਪੈਰਸ ਵੀ ਆਉਣਾ ਪਰ ਆ ਗਏ ਵੀ ਔਰ ਦੂਜੇ ਰਿੰਕੂ ਸਾਹਿਬ ਜਿਹੜੇ ਅੱਗੇ ਵੀ ਜਿੱਤੇ ਇੱਥੇ ਦੁਬਾਰਾ ਫਿਰੋ ਕੋ ਕਿਉਂਕਿ ਇਹਨਾਂ ਨੂੰ ਪਤਾ ਕਿ ਇਸ ਏਰੀਆ 'ਚ ਥੋੜੀ ਜਿਹੀ ਵੋਟ ਦਲਤਪੋਟ ਜ਼ਿਆਦਾ ਹੈਗੀ ਹੈ ਔਰ ਉਸ ਕਰਕੇ ਇਹਨਾਂ ਨੇ ਇਹਨਾਂ ਨੂੰ ਦੁਬਾਰਾ ਨਾਮਜ਼ਦ ਕੀਤਾ 8 ਨਮਾਇੰਦਿਆਂ ਦਾ ਇਹਨਾਂ ਨੇ ਕਰ ਦਿੱਤਾ ਔਰ ਜਿਹਦੇ ਵਿੱਚੋਂ ਕੁਛ ਤਾਂ ਉਹ ਅੱਜ ਹਾਰੇ ਸੀ ਕਿ ਕੋਈ ਪਲੱਸ 2 ਜਾਂ ਕੋਈ 10 میٹر ਕੀਤਾ ਤਾਲੀਵਾਲ ਸਾਹਿਬ میٹرਕ ਨੇ ਔਰ ਜ਼ਿਆਦਾ ਇਹਦੇ ਵਿੱਚ ਕੋਈ ਯੋਗਤਾ ਦਾ ਪੜ੍ਹਾਈ ਦਾ ਮਤਲਬ ਨਹੀਂ ਹੁੰਦਾ ਇਹਦੇ ਵਿੱਚ ਹੁੰਦਾ ਕਿ ਤੁਹਾਡਾ ਕੰਮ ਕਰਨ ਦੀ ਕੈਪੈਸਿਟੀ ਤੁਹਾਡਾ ਜਿਹੜਾ ਏਰੀਆ 'ਚ ਤੁਹਾਡੀ ਮਾਨਤਾ ਤੁਹਾਡੇ 'ਚ ਲੋਕ ਕਿੰਨੇ-ਕਿੰਨੇ ਲੋਕ ਪਹੁੰਚੇ ਨੇ ਔਰ ਦੇਖੋ ਇਹ ਪਹਿਲਾਂ ਹੀ ਆਲਰੇਡੀ ਮੰਤਰੀ ਹੈ ਤੇ ਜੇ ਇਹਨਾਂ ਨੂੰ ਐਮਪੀ ਬਣਾਉਣਾ ਦੋ ਇਤ ਕਿੰਨਾ ਕੁ ਵੱਡਾ ਰਤਬਾ ਮਿਲ ਜਾਣਾ ਇਹਨਾਂ ਨੂੰ ਸਿਰਫ ਆਪਣੇ ਘਰ ਨੂੰ ਪੂਰਾ ਕਰ ਲੈਣਾ ਨੇ ਕਿਹਾ ਕਿ ਇਹਨਾਂ ਨੇ ਕੰਮ ਕਰ ਚੁੱਕੇ ਆ ਲੋਕਾਂ ਦੇ ਉਸ ਏਰੀਆ 'ਚ ਤੇ ਉਹ ਇਹਨੇ ਆਪਣੇ ਲੋਕਾਂ ਨੂੰ ਕੀ ਰਿਐਕਟ ਕਰਦੇ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਨੂੰ ਵੈਲਕਮ ਜਾਂ ਸਨਮਾਨ ਕਰ ਦਿੰਦੇ ਆ ਇਸ ਕਰਕੇ ਇਹਨਾਂ ਨੇ ਕਹਿਤਾ ਕਿ ਸਾਡੇ 8 ਦੇਖ ਲਓ ਆ ਗਏ ਅਜੇ ਇਹਨਾਂ ਦੇ 5 ਤੋਂ ਹੋਰ ਆਉਣੇ ਕਿਉਂਕਿ ਕਾਂਗਰਸ ਨੇ ਜਵਾਬ ਦਿੱਤਾ ਸੀ ਵੀ ਅਸੀਂ ਤੁਹਾਡੇ ਨਾਲ ਕੰਬਾਈਨਡ ਅਲਾਈਅੰਸ ਬਣਾ ਕੇ ਨਹੀਂ ਲੜਾਂਗੇ ਅਸੀਂ ਵੀ ਇਕੱਲੇ ਲੜਾਂਗੇ ਹੁਣੇ ਸਾਰੇ ਇਕੱਲੇ ਇਕੱਲੇ ਆ ਗਏ ਮੈਦਾਨੇ ਜੰਗ ਵਿੱਚ ਉਹ ਜਿੱਥੇ ਕੰਬੀਨੇਸ਼ਨ ਬਣਾਇਆ ਸੀ ਇੰਡੀਆ ਗਵਰਨਮੈਂਟ ਦਾ ਜਿਹੜਾ ਇਹਨਾਂ ਨੇ ਇੰਡੀਆ ਜਿਹੜੀ ਲਾਂਚ ਬਣਾਇਆ ਸੀ ਉਹ ਤਾਂ ਗਿਆ ਹੋ ਫੇਲ ਉਹਦੇ ਵਿੱਚ ਕੋਈ ਨਹੀਂ ਮੰਨ ਰਿਹਾ ਬੰਗਾਲ ਚ ਵੀ ਕਹਿੰਦਾ ਉਹਨਾਂ ਨੇ ਮੈਂ ਤਾਂ ਬੈਨਰ ਜੀ ਨੇ ਕਹਿੰਦਾ ਕਿ ਇਕੱਲੇ ਫਾਈਟ ਕਰਾਂਗੇ ਮਾਇਆਵਤੀ ਜੀ ਨੇ ਕਹਿੰਦਾ ਅਦਰ ਯਾ ਦੇ ਲਈ ਬੀਐਸਪੀ ਆ ਵੀ ਅਸੀਂ ਇਕੱਲੇ ਇਲੈਕਸ਼ਨ ਲੜਾਂਗੇ ਅਕਾਲੀ ਦਲ ਦਾਜੇ ਰੋਕ ਸੀਗਾ ਤੁਹਾਨੂੰ ਬੀਜੇਪੀ ਵੱਲ ਪਰ ਅਜੇ ਕੋਈ ਗੱਠ ਚੋੜ ਨਹੀਂ ਹੋਇਆ ਉਹਦੋਂ ਕਹਿਤਾ ਨਾ ਨੇ ਜਾਕਰ ਸਾਹਿਬ ਨੇ ਕਿ ਜਿੰਨੀ ਦੇਰ ਤੱਕ ਅਸੀਂ ਹਾਈ ਕਮਾਂਡ ਨਾਲ ਗੱਲ ਨਹੀਂ ਕਰ ਸਕਦੇ ਉਨੀ ਦੇਰ ਤੱਕ ਕੋਈ ਸਹਿਮਤੀ ਨਹੀਂ ਅਜੇ ਤੱਕ ਅਸੀਂ ਵੀ ਇਕੱਲੇ ਤਾਂ ਵੀ ਇਕੱਲੇ 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 ਲੜਨਗੇ ਗੱਲ ਤੇ ਹੀ ਇਹ ਇਕੱਲੇ ਇਕੱਲੇ ਲੜਨਾ ਸੀ ਤੇ ਫਿਰ ਇੰਡੀਆ ਇੰਡੀਆ ਖੇਡਣ ਦੀ ਕੀ ਲੋੜ ਪਈ ਸੀ ਡਰਾਮਾ ਉਹ ਵੀ ਡਰਾਮਾ ਪੈਸਾ ਖਰਾਬ ਕਰਨਾ ਔਰ ਟਾਈਮ ਖਰਾਬ ਕਰਨਾ ਸਿਆਣੇ ਕਹਿੰਦੇ ਨੇ ਕਿ ਨੇਤਾ ਬਣਨਾ ਹੋਵੇ ਜਾਂ ਅਭਿਨੇਤਾ ਬਣਨਾ ਹੋਵੇ ਪੜਾਈ ਲਿਖਾਈ ਦੀ ਕੋਈ ਲੋੜ ਨਹੀਂ ਅਭਿਨੇਤਾ 2-3 ਘੰਟਿਆਂ ਵਾਸਤੇ ਇੱਕ ਫਿਲਮ ਦੇ ਵਿੱਚ ਲੋਕਾਂ ਨੂੰ ਜਨਤਾ ਨੂੰ ਮੂਰਖ ਬਣਾਉਂਦਾ ਹੈ ਔਰ ਨੇਤਾ ساری ਉਮਰ ਲੋਕਾਂ ਨੂੰ ਮੂਰਖ ਬਣਾਉਂਦਾ ਔਰ ਇਲੈਕਸ਼ਨ ਜਿੱਤਦਾ ਇਹ ਵੀ ਕਿਹਾ ਜਾਂਦਾ ਹਾਂ ਹਾਂ ਇਹਦੇ ਵਿੱਚ ਹਿਮਾਚਲ ਚ ਨ ਨਹੀਂ ਅਜੇ ਚ ਕੀ ਹੋਇਆ ਹੋਣੇ ਹਰਿਆਣੇ ਚ ਹਰਿਆਣੇ ਦੇ ਲੋਕ ਕੀ ਡਰਾਮਾ ਹੋ ਗਿਆ ਇੱਕਦਮ ਹੀ ਸ਼ੈਣੀ ਜੀ ਕਿੱਥੋਂ ਆ ਗਏ ਔਰ ਮੁੱਖ ਮੰਤਰੀ ਬਣ ਕੇ ਬਹਿ ਗਏ ਔਰ ਖੱਟਰ ਸਾਹਿਬ ਦਾ ਪਤਾ ਹੀ ਲੱਗਾ ਖੱਟਰ ਸਾਹਿਬ ਕਰਨਾਲ ਤੋਂ ਆ ਰਹੇ ਆ ਐਮਪੀ ਉਸ ਤੋਂ ਉਸ ਤੋਂ ਕੁਝ ਸਮਾਂ ਪਹਿਲਾਂ ਮੋਦੀ ਸਾਹਿਬ ਖੱਟਰ ਸਾਹਿਬ ਦੀ ਤਾਰੀਫ ਕਰ ਰਹੇ ਨੇ ਕਿ ਪੁਰਾਣੇ ਮਿੱਤਰ ਨੇ ਕਿੱਦਾਂ-ਕੱਦਾਂ ਇਕੱਠਾ ਸਮਾਂ ਬਿਤਾਇਆ ਤੇ ਥੋੜੀ ਦੇਰ ਬਾਅਦ ਐਲਾਨ ਹੁੰਦਾ ਹੈ ਕਿ ਖੱਟਰ ਸਾਹਿਬ ਦਾ ਰੈਜ਼ੀਗਨੇਸ਼ਨ ਹੋ ਗਿਆ ਉਹ ਐਮਪੀ ਦੀ ਇਲੈਕਸ਼ਨ ਲੜਨਗੇ ਨਾ ਜਿਹਦੇ ਪਾਸੇ ਖੇਡਦੇ ਪਏ ਨੇ ਹੈ ਇਹਨਾਂ ਦੀ ਪਾਰਟੀ ਦੀ ਆ ਸਾਰਾ ਕੁਝ ਉੱਥੇ ਹੀ ਆ ਉਹ ਫਿਰ ਵੋਟਾਂ ਦੇ ਵਿੱਚ ਜਿਹੜੀ ਸੂਚੀ ਜਾਰੀ ਹੋਈ ਹੈ ਫਿਰ ਖੱਟਰ ਸਾਹਿਬ ਬਣਾਏ ਉਹ ਸਾਹਮਣੇ ਵਿਲਾ ਕਰਕੇ ਉਧਰ ਦੇਤਾ ਨਾ ਇਹਨਾਂ ਨੇ ਕੰਮ ਕੀਤਾ ਕਿ ਵੋਟਾਂ ਫਿਰ ਲੈ ਲੈਣਗੇ ਕਰਨਾਲ ਤੋਂ ਆ ਜਾਣਗੇ ਉਹ ਹਮਾਲੀ ਤੋਂ ਜਿੱਤ ਕੇ ਆਉਂਦੇ ਰਹੇ ਉਸੇ ਤਰ੍ਹਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਨ ਰਣਾ ਤਾਂ ਇਹਨਾਂ ਹਕੂਮਤ ਇਹਨਾਂ ਦੇ ਹੱਥ 'ਚ ਹੀ ਆ। ਇਹੀ ਉੱਥੇ ਕੀਤਾ ਇਹਨਾਂ ਨੇ ਬਿਹਾਰ 'ਚ ਵੀ। ਨਿਤਿਸ਼ ਕੁਮਾਰ ਜੀ ਆ ਗਏ ਰਾਤ ਨੂੰ ਫਿਰ ਬੀਜੇਪੀ ਦੀ ਚੋਣ 'ਚ ਪੈ ਕੇ ਬੀਜੇਪੀ ਇਹਨੂੰ ਸਾਰਾ ਕੁਝ ਕਰ ਲਿਆ ਉਹਨਾਂ ਨੇ। ਇਹੀ ਸਾਰਾ ਕੁਝ ਹੈਗਾ। ਇੱਕ ਸੂਬੇ 'ਚ ਨਹੀਂ ਹੁੰਦਾ। ਸਾਰੇ ਸੂਬਿਆਂ 'ਚ ਇਹ ਕੁਝ ਹੁੰਦਾ। ਔਰ ਵਾਜਪਾਈ ਸਾਹਿਬ ਨੇ ਨਾ ਲੋਕ ਸਭਾ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਜੋ ਲੋਕਤੰਤਰ ਦੇ ਵਿੱਚ ਵੋਟਾਂ ਦਾ ਖੇਲ ਹੈ ਉਹ ਅੰਕੜਿਆਂ ਦਾ ਖੇਲ ਹੈ। ਔਰ ਜਿਹੜਾ ਅੰਕੜਿਆਂ ਨੂੰ ਮੈਨੇਜ ਕਰਨਾ ਜਾਣਦਾ ਹੈ ਉਹ ਇਲੈਕਸ਼ਨ ਜਿੱਤਣ ਦੀ ਆਰਟ ਜਾਣਦਾ ਹੈ ਔਰ ਇਲੈਕਸ਼ਨ ਜਿੱਤ ਲਈ ਤੇ ਫਿਰ ਤੇ ਸੱਤਾ ਦੇ ਉੱਤੇ ਕਾਬਜ਼ ਹੋ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨ ਡਟੇ ਹੋਏ ਨੇ ਹਾਂ ਔਰ ਉੱਥੇ ਉਹਨਾਂ ਦੀ ਮਹਾਪੰਚਾਇਤ ਚੱਲਦੀ ਪਈ ਹੈ ਪਿੱਛੇ ਜੇ ਨਿਊਜ਼ ਆਈ ਸੀ ਕਿ ਜਿਸ ਦਿਨ ਉਹਨਾਂ ਨੇ ਉੱਤੇ ਬਹਿਣਾ ਸੀ ਮੈਦਾਨ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਜਦੋਂ ਪਹੁੰਚੇ ਨੇ ਮਹਾਪੰਚਾਇਤ ਵਾਸਤੇ ਤੇ ਮੈਦਾਨ ਗਿੱਲਾ ਮਿਲਿਆ ਔਰ ਕਹਿੰਦੇ ਨੇ ਕਿ ਉਹ ਗੰਦਾ ਪਾਣੀ ਨਾਲਿਆਂ ਦਾ ਪਾਣੀ ਉੱਥੇ ਛੱਡ ਦਿੱਤਾ ਗਿਆ ਔਰ ਮੈਦਾਨ ਖਰਾਬ ਕੀਤਾ ਗਿਆ ਇਹ ਜਾਣਬੁੱਝ ਕੇ ਕੀਤਾ ਗਿਆ ਤਾਂ ਕਿ ਬਦਬੂ ਤੇ ਗੰਦਗੀ ਫੈਲ ਜਾਵੇ ਮੈਦਾਨ ਦੇ ਵਿੱਚ ਤੇ ਕਿਸਾਨ ਮਹਾਪੰਚਾਇਤ ਵਾਸਤੇ ਉੱਤੇ ਇਕੱਠੇ ਨਾ ਹੋ ਸਕਣ ਇਹ ਵੀ ਕਿਸਾਨਾਂ ਨੇ ਦੋਸ਼ ਲਾਇਆ ਰਾਮਲੀਲਾ ਮદાન ਦਿੱਲੀ ਵਿੱਚ ਉਹਦੇ ਵਿੱਚ ਨਾ ਕੇਵਲ ਪੰਜਾਬ ਚੋਂ ਸਾਰੇ ਸੂਬਿਆਂ ਚੋਂ ਕਿਸਾਨ ਇਕੱਠੇ ਹੋ ਕੇ ਗਏ ਆ ਬੀਬੀਆਂ ਵੀ ਗਈਆਂ ਉੱਥੇ ਸਾਰੇ ਮદાન ਦੇ ਵਿੱਚ ਬੈਠੇ ਨੇ ਔਰ ਉਹਦੇ ਵਿੱਚ ਸਾਰੇ ਜਿਹੜੇ ਇਹਨਾਂ ਦੇ ਆਗੂ ਨੇ ਉਹਨਾਂ ਦੇ ਵਿਚਾਰ ਸੁਣ ਰਹੇ ਆ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਸਾਡਾ ਐਲਾਨ ਹੋਇਆ ਕਿ ਸਾਡੀ ਐਮਐਸਪੀ ਜਿਹੜੀ ਇਹਨਾਂ ਨੇ ਰੋਕੀ ਪਈ ਆ ਉਹ ਅਸੀਂ ਉਹ ਲੈਣਾ ਚਾਹਾਂਗੇ ਔਰ ਸਰਕਾਰ ਨੂੰ ਲੱਗ ਰਿਹਾ ਸੀ ਕਿ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਇਹਨਾਂ ਨੇ ਰਜਮੰਦੀ ਕੀਤੀ ਆ ਪਰ ਕਿਸਾਨ ਅੜੇ ਆ ਉਹ ਕਹਿੰਦੇ ਅਸੀਂ ਉਨੀ ਦੇਰ ਤੱਕ ਨਹੀਂ ਹਟਾਂਗੇ ਆਰ ਪਾਰ ਦੀ ਗੱਲ ਕਰਾਂਗੇ ਉਹਨਾਂ ਕਹਿਆ ਸੀ ਦੂਰ ਤੱਕ ਜਾਵਾਂਗੇ ਅਜੇ ਤੱਕ ਅਸੀਂ ਇੱਥੇ ਹੀ ਆਂ ਔਰ ਉਦੋਂ ਬਾਅਦ ਅਸੀਂ ਸਾਰੀਆਂ ਮੰਗਾਂ ਮਨਾ ਕੇ ਜਾਵਾਂਗੇ ਕੁਝ ਨਹੀਂ ਹੁੰਦਾ ਪਰ ਉਹਦੇ ਚ ਆਲੋਚਕਾਂ ਨੇ ਕਿਹਾ ਕਿ ਇਹਨਾਂ ਨੇ ਜਿਹੜਾ ਇੱਕਦਮ ਹੁਣ ਕਾਲੀ ਕਰ ਲਈ ਹੈ ਪਹਿਲੋਂ ਕਿੱਥੇ ਸੁੱਤੇ ਸੀ ਪਹਿਨੂੰ ਕੁਝ ਕੀਤਾ ਨਹੀਂਗਾ ਜਦੋਂ ਸਰਕਾਰ ਦੇ ਹੁਣ ਹੱਥ-ਵਾਸ ਵੀ ਕੁਝ ਨਹੀਂ ਦਿਆ ਸਰਕਾਰ ਤਾਂ ਬਰਖਾਸ ਹੋਣ ਵਾਲੀ ਆ ਹੁਣੇ ਕੀ ਵਾਦਾ ਕਰੂਗੀ ਜਿੰਨੀ ਦੇਰ ਤੱਕ ਇਹ ਸਰਕਾਰ ਕੋ ਪਾਵਰ ਨਹੀਂ ਰਹਿਣੀ ਹੁਣ ਇਹ ਤਾਂ ਇਲੈਕਸ਼ਨ ਵਾਲ ਧਿਆਨ ਹੈਗਾ ਇਹਨਾਂ ਨਾਲ ਕਹਿੰਨੇ ਧਿਆਨ ਕਰਨਾਗਾ ਉਹਨਾਂ ਕਹਿਆ ਨਾ ਤਾਂ ਨੇਤਾ ਨੇ ਆਪਸ ਵਿੱਚ ਬੈਠੇ ਆ ਜਿਹੜੀਆਂ ਬੱਤੀ ਜੱਥੇ ਬੰਦੀਆਂ ਨਾ ਉਹਨਾਂ ਨੇ ਆਪਸ ਵਿੱਚ ਇਹ ਆਪਸੀ ਇਹਨਾਂ ਦੀ ਗੱਲ ਜਿਹੜੀ ਇਕੱਲੇ ਇਕੱਲੇ ਬੋਲਦੇ ਰਹੇ ਆ ਹੁਣ ਉੱਥੋਂ ਤੱਕ ਇਹਨਾਂ ਨੇ ਮੰਗਾਂ ਕੀਤੀਆਂ ਪਰ ਉਦੋਂ ਪਹਿਲਾਂ ਚੰਡੀਗੜ੍ਹ ਵਿੱਚ ਤਿੰਨ ਮੀਟਿੰਗਾਂ ਹੋ ਗਈਆਂ ਉਹਦਾ ਕੋਈ ਨਤੀਜਾ ਨਹੀਂ ਸੀ ਨਿਕਲਿਆ ਇਹਨਾਂ ਨੂੰ ਚਾਹੀਦਾ ਸੀ ਕਿ ਆਪਣੇ ਸਾਰੇ ਹਜੂਮ ਜਾਣ ਤੋਂ ਪਹਿਲਾਂ ਇਹਨਾਂ ਪੈਸਾ ਬਰਬਾਦ ਨਾ ਕਰਦੇ ਪੰਜ 10 ਬੰਦੇ ਆਪਣੇ ਨਾਮਿਨੇਟ ਕਰ ਦਿੰਦੇ ਜਿਹੜੇ ਇਹਨਾਂ ਦੇ ਆਪਣੇ ਗਰੁੱਪ ਦੇ ਹੈੱਡ ਨੇ ਉਹ ਜਾ ਕੇ ਗੱਲ ਕਰ ਦਿੰਦੇ ਉਹਨਾਂ ਮੰਤਰੀਆਂ ਨਾਲ ਪ੍ਰਾਈਮ ਮਿਨਿਸਟਰ ਸਾਹਿਬ ਉੱਥੇ ਬੈਠੇ ਨੇ ਜਾਂ ਸਾਰਾ ਕੁਝ ਉੱਥੇ ਅਮਲਾ ਫੈਲਾਉਣਾ ਹੁੰਦਾ ਹੈਗਾ ਔਰ ਪਾਰਲੀਮੈਂਟ ਦਾ ਸੈਸ਼ਨ ਵੀ ਉਦੋਂ ਚੱਲ ਰਿਹਾ ਸੀਗਾ ਤਾਂ ਆਪਣੀ ਮੰਗਾਂ ਲੈ ਕੇ ਉ ਪਰ ਦੋ ਚਾਰ ਉਹ ਨਹੀਂ ਇੱਥੋਂ ਕੁੱਟ ਖਾਧੀ ਇਹਨਾਂ ਨੇ ਹਰਿਆਣਾ ਪੁਲਿਸ ਨੇ ਮਾਰਿਆ ਕਈ ਕੁਛ ਹੋਇਆ ਕਈ ਮੁੰਡੇ ਮਰੇ ਵਿਚਾਰੇ ਕਈ ਤਸ਼ੱਦਦ ਹੋਏ ਕਈ ਸਾਰਿਆਂ ਨੇ ਉਹ ਕੁੱਟ ਖਾ ਕੇ ਫਿਰ ਬੱਸਾਂ ਤੇ ਚੜ ਗਏ ਕੋਈ ਕਿ ਹਾਈ ਕੋਰਟ ਨੇ ਫਟਕਾਰ ਪਾਈ ਆ ਕਿ ਤੁਸੀਂ ਇਹ ਪਬਲਿਕ ਜਿਹੜੇ ਵੇਗਾ ਨਾ ਪਾਓ ਕੋਈ ਚੌਕ ਚਰਾਹ ਰੋਕੋ ਨਾ ਉਹਨਾਂ ਨੇ ਐਲਾਨ ਕਰ ਦਿੱਤਾ ਸੀਗਾ ਕਿ ਕੋਈ ਅੱਛਾ ਜਿਹੜਾ ਬਿਹੇਵੀਅਰ ਨਹੀਂਗਾ ਜੋ ਕਰਨਾ ਤਰੀਕੇ ਨਾਲ ਡਿਮਾਂਡ ਕਰੋ ਨਾ ਕਿ ਸੜਕਾਂ ਨੂੰ ਮੱਲੋ ਸੜਕਾਂ ਲੋਕਾਂ ਦੇ ਚੱਲਣ ਲਈ ਆ ਨਾ ਕਿ ਪ੍ਰਦਰਸ਼ਨੀਆਂ ਲਈ ਕਿ ਰੋਜ਼ ੜਾੜੀ ਉੱਥੇ ਤੰਬੂ ਲਾ ਕੇ ਕਨਾਤਾਂ ਲਾ ਕੇ ਬਹਿਣ ਵਾਲੀ ਨਹੀਂ ਸੜਕਾਂ ਨਹੀਂ ਹੁੰਦੀਆਂ ਲੋਕਾਂ ਦੇ ਆਉਣ ਇਹ ਠੀਕ ਤਰ੍ਹਾਂ ਉਹਨਾਂ ਨੇ ਕਿਹਾ ਔਰ ਉਹਨਾਂ ਨੇ ਕਿਹਾ ਪਰ ਸੁਪਰੀਮ ਕੋਰਟ ਚਲ ਜਾ ਜੋ ਵੀ ਹੈ ਹਾਈ ਕੋਰਟ ਦੀ ਗੱਲ ਹੀ ਡਿਸੀਜਨ ਹੋਣਾ ਪਰ ਕਿਸਾਨ ਵਿਚਾਰੇ ਦੂਜੇ ਪਾਸੇ ਅੜੇ ਆ ਕਿ ਉਹਨਾਂ ਦੇ ਵੀ ਕੋਈ ਮੰਨ ਦਾ ਨਹੀਂ ਸੁਣਦਾ ਨਹੀਂ ਪਰ ਪਲਾਨਿੰਗ ਜਿਹੜੀ ਉਹਨਾਂ ਦੀ ਥੋੜੀ ਜਿਹਾਤ ਕੀਤੀ ਦਿੱਲੀ ਰਹਿ ਗਈ ਉਹ ਸਾਰੇ ਲੋਚਕ ਕਹਿ ਰਿਹਾ ਅਸੀਂ মিডিਆ ਲੋਨਿੰਗ ਕਹਿ ਰਹੇ ਸਾਰੇ ਕਹਿੰਦੇ ਕਿ ਜਿਹੜੇ ਵੀ ਕਿਸਾਨ ਆਗੂ ਨੇ ਉਹਨਾਂ ਨੇ ਆਪਸੀ ਪਹਿਲਾਂ ਪਲਾਨਿੰਗ ਤਰੀਕੇ ਨਾਲ ਨਹੀਂ ਕੀਤੀ ਕਿ ਉਹਦੇ ਵਿੱਚ ਕੋਈ ਇਹਨਾਂ ਨੇ ਇਸ ਤਰ੍ਹਾਂ ਦੇ ਕਾਨੂੰਨ ਕਾਇਦੇ ਨੂੰ ਅੱਗੇ ਨਹੀਂ ਲਿਆਉਣ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਨੂੰ ਚਾਹੀਦਾ ਸੀਗਾ ਬਕਾਇਦਾ ਤੌਰ ਤੇ ਜਿਹੜੇ ਉੱਥੋਂ ਦੇ ਨੁਮਾਇੰਦੇ ਨੇ ਮੰਤਰੀ ਉਹਨਾਂ ਨਾਲ ਗ ਸਾਡੀ ਗੱਲ ਮੰਨੋਗੇ ਜਾਂ ਨਹੀਂ ਮੰਨੋਗੇ ਫਿਰ ਅਸੀਂ ਦੂਜਾ اختیار ਕਰਾਂਗੇ ਇਹ ਪਹਿਲੋਂ ਨਾਮਲਾਸ਼ਕਰ ਲੈ ਕੇ ਚੋਰ ਪੀਆ ਟਰੈਕਟਰਾਂ ਦੇ ਤੇਲ ਪਾਲਿਆ ਕਿੰਨਾ ਪੈਸਾ ਬਰਬਾਦ ਕੀਤਾ ਪੈਸਾ ਤਾਂ ਕਿਸਾਨਾਂ ਕੋਲ ਅੱਗੇ ਇਨਾਨੀ ਦੇ ਅੱਗੇ ਕਰਜ਼ਾਈ ਬੈਠੇ ਆ ਕਿੰਨੇ ਮੁੰਡੇ ਮਰ ਗਏ ਕਿੰਨੇ ਵਿਚਾਰੇ ਬਿਮਾਰ ਹੋ ਗਏ ਕਈ ਨੂੰ ਦਿਲ ਦਾ ਦੌਰਾ ਪੈ ਗਿਆ ਪਰ ਨੁਕਸਾਨ ਫਿਰ ਕਿਸਾਨ ਦਾ ਹੋ ਰਿਹਾ ਗਵਰਨਮੈਂਟ ਦਾ ਨੁਕਸਾਨ ਨਹੀਂ ਹੋ ਰਿਹਾ ਪ੍ਰਾਪਰਟੀ ਨੂੰ ਇਨਾਨੀ ਕੋਈ ਜਾਂਚ ਨਹੀਂ ਪਾਈ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਹੀਂ ਦਿੱਤਾ ਨੁਕਸਾਨ ਹੋਇਆ ਤੇ ਕਿਸਾਨਾਂ ਦਾ ਹੋਇਆ ਪਰ ਇਹਨਾਂ ਦੀ ਸੁਣਨੀ ਚਾਹੀਦੀ ਹੈ ਗਵਰਨਮੈਂਟ ਨੇ ਗਵਰਨਮੈਂਟ ਨੂੰ ਅਖਤਿਆਰ ਕਰਨਾ ਚਾਹੀਦਾ ਬਿਲਕੁਲ ਸੁਣਨਾ ਚਾਹੀਦਾ ਹੈ ਕਿਉਂਕਿ ਕਿਸਾਨ ਤੇ ਕਿਸਾਨੀ ਜੀਉਂਦੀ ਹੈ ਤਾਂ ਹੀ ਦੇਸ਼ ਜੀਉਂਦਾ ਹੈ ਤਾਂ ਹੀ ਸਮਾਜ ਜੀਉਂਦਾ ਹੈ ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਸਾਡਾ ਚੈਨਲ ਪੰਜਾਬ ਮੈਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਬਲਕਾ ਜੀ ਜ਼ਰੂਰ ਜੀ ਜ਼ਰੂਰ ਸਤਿ ਸ਼੍ਰੀ ਅਕਾਲ